ਹੈਲੋ एवरीवन ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਰਵ ਸਟਡੀ ਕਲਾਸਸ ਦੇ ਉੱਪਰ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਆਪਣੇ ਸ਼ਾਕਾਕਾਰ ਕਿੱਸਾਕਾਰ ਵਾਰਿਸ ਸ਼ਾ ਤੇ ਵਾਰਿਸ ਸ਼ਾ ਬਹੁਤ ਹੀ ਪ੍ਰਸਿੱਧ ਕਿੱਸਾਕਾਰ ਨੇ ਵਾਰਿਸ ਦਾ ਲਿਖਿਆ ਹੋਇਆ ਕਿੱਸਾ ਹੀਰ ਰਾਂਝਾ ਬਹੁਤ ਜ਼ਿਆਦਾ ਮਕਬੂਲ ਹੋਇਆ ਇਹ ਕਿਹਾ ਜਾਂਦਾ ਹੈ ਕਿ ਵਾਰਿਸ ਸ਼ਾ ਦੀ ਜਿਹੜੇ ਹੀਰ ਰਾਂਝਾ ਕਿੱਸਾ ਹੈ ਇਹ ਸ਼ਾਕਾਕਾਰ ਰਚਨਾ ਹੈ ਜਿਹੜੀ ਰਚਨਾ ਹੈ ਵਾਰਿਸ ਸ਼ਾਹ ਨੇ ਕੀਤੀ ਹੈ ਹੀ ਰਾਂਝਾ ਇਸ ਤੋਂ ਪਹਿਲਾਂ ਤੇ ਇਸ ਤੋਂ ਬਾਅਦ ਕੋਈ ਵੀ ਕਿੱਸਾ ਕਵੀ ਐਵੇਂ ਦਾ ਨਹੀਂ ਹੋਇਆ ਜਿਹੜਾ ਇਸ ਰਚਨਾ ਨੂੰ ਇੰਨੇ ਵਧੀਆ ਸ਼ੈਲੀ ਦੇ ਨਾਲ ਤੇ ਇੰਨੀ ਵਧੀਆ ਸ਼ਬਦਾਵਲੀ ਦੇ ਨਾਲ ਲਿਖ ਸਕਿਆ ਹੋਵੇ ਤਾਂ ਆਪਾਂ ਸਟਾਰਟ ਕਰਦੇ ਹਾਂ ਜੀ ਅੱਜ ਦਾ ਆਪਣਾ ਲੈਕਚਰ ਵਾਰਿਸ ਸ਼ਾਹ ਦੇ ਜੀਵਨ ਕਾਲ ਤੋਂ ਤਾਂ ਦੇਖੋ ਜੀ ਵਾਰਿਸ ਸ਼ਾਹ ਦਾ ਜੀਵਨ ਕਾਲ ਵਾਰਿਸ ਸ਼ਾਹ ਦੇ ਜੀਵਨ ਕਾਲ ਬਾਰੇ ਬਹੁਤ মত ਭੇਦ ਹੈ ਜੀ ਇਹਨਾਂ ਦੇ ਵੱਖ-ਵੱਖ ਜਿਹੜੇ ਪੰਜਾਬੀ ਦੇ ਵਿਦਵਾਨ ਨੇ ਉਹਨਾਂ ਨੇ ਵਾਰੇ ਸ਼ਾਦਾ ਜੀਵਨ ਕਾਲ ਵੱਖਰਾ ਵੱਖਰਾ ਮੰਨਿਆ ਪਰ ਉਹਨਾਂ ਦੇ ਵਿੱਚੋਂ ਜਿੰਨੇ ਇੱਕ ਪ੍ਰਮਾਣਿਕ ਹੈਗੇ ਆ ਉਹਨਾਂ ਦੇ ਬਾਰੇ ਮੈਂ ਤੁਹਾਨੂੰ ਡਿਟੇਲ ਜਿਹੜੀ ਦੱਸ ਦੇਣੀ ਹੈ 1720 ਤੋਂ ਲੈ ਕੇ 1792 ਈਸਵੀ ਇਹ ਇਹਨਾਂ ਦਾ ਜੀਵਨ ਕਾਲ ਮੰਨਿਆ ਹੈ ਜੀ ਡਾਕਟਰ ਜੀਤ ਸਿੰਘ ਸੀਤਲ ਨੇ ਅਤੇ ਦੂਸਰੇ ਜਿਹੜੇ ਆਪਣੇ ਪੰਜਾਬੀ ਦੇ ਇਤਿਹਾਸਕਾਰੀ ਦੇ ਵਿਦਵਾਨ ਨੇ 바ਵਾ ਬੁੱਧ ਸਿੰਘ ਨੇ ਉਹਨਾਂ ਨੇ ਵੀ ਮੰਨਿਆ ਹੈਗਾ ਜੀ ਇਹਨਾਂ ਦਾ ਜੀਵਨ ਕਾਲ ਦੂਸਰਾ ਇਹਨਾਂ ਦਾ ਜੀਵਨ ਕਾਲ ਹੈਗਾ ਜੀ 1735 ਤੋਂ 1795 ਇਹ ਆਪਾਂ ਨੂੰ ਮਿਲਦਾ ਹੈਗਾ ਜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਦੇ ਵਿੱਚ ਇਹ ਦੋਨੋਂ ਜ਼ਿਆਦਾ ਇੰਪੋਰਟੈਂਟ ਹੈ ਦੋਨੋਂ ਤੁਹਾਨੂੰ ਹਵਾਲੇ ਨਾਲ ਵੀ ਪੁੱਛੇ ਜਾ ਸਕਦੇ ਐ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਲਾ ਉਸ ਬੁੱਕ ਦੇ ਵਿੱਚ ਪ੍ਰੈਜ਼ੈਂਟ ਹੈਗਾ ਉਸ ਪੁਆਇੰਟ ਆਫ View ਤੋਂ ਜ਼ਿਆਦਾ ਇੰਪੋਰਟੈਂਟ ਹੈ ਇਸ ਤੋਂ ਬਿਨੋਂ ਇੱਕ ਇਹਨਾਂ ਦਾ ਜੀਵਨ ਕਾਲ ਮਿਲਦਾ ਹੈਗਾ ਜੀ 1735 ਤੋਂ 1784 ਉਹਨਾਂ ਨੂੰ ਨੋਟ ਕਰ ਲਓ 1735 ਤੋਂ 1784 ਇਹ ਹੈ ਜੀ ਡਾਕਟਰ ਕਿਰਪਾਲ ਸਿੰਘ ਕਸੇਲ ਦੇ ਅਨਸਾਰ ਇਸ ਤੋਂ ਬਿਨਾ 1730 ਇਹਨਾਂ ਦਾ ਡੇਟ ਆਫ ਬਰਥ ਤੇ ਜਿਹੜਾ ਦਿਹਾਂਤ ਹੈ 1795 ਇਹ ਮੰਨਦੇ ਹੈਗੇ ਜੀ ਗੋਪਾਲ ਸਿੰਘ ਦਰਦੀ ਇਸ ਤੋਂ ਬਿਨਾ 1735 ਤੋਂ 1795 ਵਾਲਾ ਜਿਹੜਾ ਹੈਗਾ ਇਹਨਾਂ ਦਾ ਡੇਟ ਆਫ ਬਰਥ ਇਹ ਮੰਨਦੇ ਆ ਸੰਤ ਸਿੰਘ ਸੇਖੋਂ ਮਲਾਨਾ ਬਖਸ਼ ਕੁਸ਼ਤਾ सुरेंद्र ਸਿੰਘ ਕੋਲੀ ਡਾਕਟਰ ਮੋਹਨ ਸਿੰਘ ਤੇ ਖੁਸ਼ਵੰਤ ਸਿੰਘ ਇੰਨੇ ਇਹਨਾਂ ਦੇ ਜੀਵਨ ਕਾਲ ਬਾਰੇ ਜਿਹੜੇ ਮਤਭੇਦ ਨੇ ਉਹ ਆਪਾਂ ਨੂੰ ਮਿਲਦੀ ਹੈ ਤਾਂ ਹੁਣ ਆਪਾਂ ਦੇਖਦੇ ਹਾਂ ਜੀ ਸਦੀ ਇਹਦਾ ਸੀਗਾ ਇਹਨਾਂ ਦੇ ਜੀਵਨ ਕਾਲ ਦੇ ਨਾਲ ਸੰਬੰਧਿਤ ਤਰੀਕਾਂ ਦੇ ਈਸਵੀ ਦੇ ਹਿਸਾਬ ਨਾਲ ਹੁਣ ਜੇ ਆਪਾਂ ਸਦੀ ਦੀ ਗੱਲ ਕਰੀਏ ਤਾਂ ਸਦੀ ਹੈਗੀ ਹੈ ਜੀ 18ਵੀਂ ਇਹਦੇ ਵਿੱਚ ਕੋਈ ਦੋ ਰਾਹੇ ਨਹੀਂ ਹੈ ਤੁਹਾਨੂੰ ਪੇਪਰ 'ਚ ਕੁਐਸਚਨ ਆ ਜਾਏ ਕਿ ਵਾਰਿਸ ਸ਼ਾਹ ਦਾ ਜੀਵਨ ਕਾਲ ਜੀ ਜਾਂ ਜੀਵਨ ਕਿਸ ਜਾਂ ਕਿਸ ਸਦੀ ਦਾ ਕਿਸਾ ਕਵੀ ਹੈ ਵਾਰਿਸ ਸ਼ਾਹ ਤਾਂ ਆਉਂਦੀ ਹੈ ਜੀ ਆਪਣੇ ਕੋਲੇ 18ਵੀਂ ਸਦੀ ਦੇ ਕਿਸਾ ਕਵੀ ਵਾਰਿਸ ਸ਼ਾਹ ਇਸ ਤੋਂ ਬਿਨਾਂ ਅੱਗੇ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਜੀ ਜਨਮ ਸਥਾਨ ਦੀ ਇਹਨਾਂ ਦਾ ਜਨਮ ਸਥਾਨ ਹੈ ਜੀ ਪਿੰਡ ਜੰਡਿਆਲਾ ਸ਼ੇਰਖਾਂ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਤੇ ਇਹਨਾਂ ਦਾ ਜਨਮ ਸਥਾਨ ਪਿੰਡ ਜੰਡਿਆਲੇ ਦੇ ਵਿੱਚ ਹੁੰਦਾ ਹੈਗਾ ਜੰਡਿਆਲਾ ਸ਼ੇਰਖਾਂ ਪੂਰਾ ਪਿੰਡ ਹੈ ਜ਼ਿਲ੍ਹਾ ਸ਼ੇਖੂਪੁਰਾ ਪੇਪਰ ਦੇ ਵਿੱਚ ਕੋਲਾ ਸ਼ੇਖੂਪੁਰਾ ਕਰਕੇ ਵੀ ਆ ਸਕਦਾ ਹੈਗਾ ਗੁਜਰਾਵਾਲਾ ਤੇ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਜਨਮ ਨਾਲ ਸੰਬੰਧਿਤ ਆਪਣੇ ਇਸ ਪਿੰਡ ਬਾਰੇ ਇਹਨਾਂ ਨੇ ਆਪਣੇ ਕਿਸੇ ਦੇ ਵਿੱਚ ਵੀ ਗੱਲ ਕੀਤੀ ਹੈ ਜਿਵੇਂ ਕਿਸੇ ਦੀਆਂ ਦੁਕਾਨੇ ਵਾਰਿਸ ਸ਼ਾਹ ਵਸਨੀਕ ਜੰਡਿਆੜ ਲਈ ਦਾ ਤੇ ਸ਼ਾਗਿਰਦ ਮਖਦੂਮ ਕਸੂਰ ਦਾ ਹੀ ਤਾਂ ਸ਼ਾਗਿਰਦ ਦੀ ਗੱਲ ਵੀ ਇਹਦੇ ਇਹਨਾਂ ਤੁਕਾਂ ਦੇ ਵਿੱਚ ਪਤਾ ਲੱਗਦੀ ਆਪਾਂ ਨੂੰ ਤੇ ਇਸ ਤੋਂ ਬਿਨਾ ਇਹ ਵੀ ਪਤਾ ਚੱਲਦਾ ਹੈਗਾ ਕਿ ਜਿਹੜਾ ਵਾਰਿਸ ਸ਼ਾਹ ਹੈ ਇਹ ਆਪਣੇ ਕੋਲੇ ਕੀ ਹੈ ਜੰਡਿਆਲੇ ਸ਼ੇਰਖਾਂ ਪਿੰਡ ਦੇ ਸੀਗੇ ਵਾਰਿਸ ਸ਼ਾਹ ਇਸ ਤੋਂ ਬਿਨਾ ਇਹਨਾਂ ਦੇ ਇਸ ਜਨਮ ਸਥਾਨ ਬਾਰੇ ਜਾਣਕਾਰੀ ਉਹ ਦਿੱਤੀ ਹੈ ਜੀ ਆਪਣੇ ਕੋਲੇ ਜਿਹੜੇ ਕਿੱਸਾ ਕਵੀ ਨੇ ਅਹਿਮਦ ਯਾਰ ਤਾਂ ਅਹਿਮਦ ਯਾਰਨੀਆ ਤੁਕਾਂ ਦੇ ਵਿੱਚ ਉਹਨਾਂ ਨੇ ਕੀ ਆਖਿਆ ਕਹਿੰਦੇ ਵਾਰਿਸ ਸ਼ਾਹ ਜੰਡਿਆਲੇ ਵਾਲੇ ਵਾਹ ਵਾਹ ਹੀਰ ਬਣਾਈ ਮੈਂ ਵੀ ਰੀਸ ਉਸੇ ਦੀ ਕਰਕੇ ਲਿਖੀ ਤੋੜ ਨਿਭਾਈ ਉਹਨਾਂ ਦੇ ਵਿੱਚ ਦੋ ਕੁਐਸਚਨ ਹੈ ਇੱਕ ਤਾਂ ਇੱਥੋਂ ਇਹ ਪਤਾ ਲੱਗਦਾ ਕਿ ਅਹਿਮਦ ਯਾਰਨੇ ਵੀ ਵਾਰਿਸ ਸਾਹ ਦਾ ਜਿਹੜਾ ਪਿੰਡ ਹੈ ਜਨਮ ਸਥਾਨ ਹੈ ਜਿਹੜਾ ਉਹ ਜੰਡਿਆਲਾ ਸ਼ੇਰਖੰਦ ਦੱਸਿਆ ਹੈ ਤੇ ਦੂਸਰਾ ਤੁਹਾਨੂੰ ਪੇਪਰ ਦੇ ਵਿੱਚ ਤੁਕਾਂ ਦੇ ਕੇ ਪੁੱਛਿਆ ਜਾ ਸਕਦਾ ਹੈ ਕਿ ਤੁਕਾਂ ਕਿਸ ਦੀਆਂ ਨੇ ਤਾਂ ਜੰਡਿਆਲਾ ਦੇਖ ਕੇ ਐਵੇਂ ਪਜ਼ਲ ਨਹੀਂ ਹੋਣਾ ਕਿ ਵਾਰਿਸ ਆਦੀਆਂ ਨੇ ਇਹ ਤੁਕਾਂ ਅਹਿਮਦ ਸ਼ਾਹ ਯਾਰ ਦੀਆਂ ਨੇ ਤੇ ਕਹਿ ਲਓ ਵੀ ਇੱਕ ਤਰ੍ਹਾਂ ਦੀ ਇਹ ਟਿੱਪਣੀ ਹੈਗੀ ਹੈਗੀ ਵਾਰਿਸ ਸ਼ਾਹ ਦੇ ਬਾਰੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਦੇ ਮੁਰਸ਼ਦ ਦੀ ਕਿ ਵਾਰਿਸ ਸ਼ਾਹ ਦੇ ਜਿਹੜੇ ਮੁਰਸ਼ਦ ਨੇ ਉਹ ਕੌਣ ਸੀਗੇ ਤਾਂ ਉੱਪਰ ਜਿਹੜੀਆਂ ਮੈਂ ਤੁਕਾਂ ਤੁਹਾਨੂੰ ਬੋਲੀਆਂ ਸੀ ਉਸੇ ਜੀ ਆਪਾਂ ਗੱਲ ਕੀਤੀ ਸੀਗੀ ਇਹਨਾਂ ਦੇ ਮੁਰਸ਼ਦ ਦੀ ਵੀ ਤੇ ਇਹਨਾਂ ਦੇ ਮੁਰਸ਼ਦ ਦੇ ਜਿਹੜੇ ਦੋ ਨਾਮ ਆ ਉਹ ਆਪਾਂ ਨੂੰ ਮਿਲਦੇ ਹੈਗੇ ਆ ਇੱਕ ਤਾਂ ਹੈਗਾਗਾ ਜੀ ਮਕਦੂਮ ਕਸੂਰ ਦੂਸਰਾ ਆਪਣੇ ਕੋਲ ਇਹਨਾਂ ਦਾ ਨਾਮ ਮਿਲਦਾ ਹੈਗਾ ਮੋਲਾਨਾ ਹਾਜ਼ੀ ਗੁਲਾਮ ਮਰਤਜ਼ਾ ਜਿਹੜਾ ਮਕਦੂਮ ਕਸੂਰ ਹੈ ਇਹ ਇਸ ਦੀ ਥਾਂ ਤੇ ਇਹਨਾਂ ਦਾ ਪੂਰਾ ਨਾਮ ਕੀ ਮਿਲਦਾ ਹੈਗਾ ਪਹਿਲੀ ਧਾਰਨਾ ਦੇ ਅਨੁਸਾਰ ਇਹ ਮੰਨੇ ਜਾਂਦੇ ਹਨ ਦੇ ਮੁਰਸ਼ਿਦ ਤੇ ਉਹਨਾਂ ਦਾ ਪੂਰਾ ਨਾਮ ਹੈਗਾ ਮਯੋਦੀਨ ਮਕਦੂਮ ਕਸੂਰੀ ਤੇ ਦੂਸਰੀ ਧਾਰਨਾ ਦੇ ਅਨੁਸਾਰ ਇਹਨਾਂ ਦੇ ਜਿਹੜੇ ਹੈਗੇ ਨੇ ਮੁਰਸ਼ਿਦ ਉਹ ਮੰਨੇ ਜਾਂਦੇ ਆ ਮੋਲਾਨਾ ਹਾਜ਼ੀ ਗੁਲਾਮ ਮਰਤਜ਼ਾ ਇਨਾਂ ਦਾ ਪੂਰਾ ਨਾਮ ਹੈ ਇਹ ਇਨਾਂ ਦਾ ਮওলানা ਹਾਜ਼ੀ ਗੁਲਾਮ ਮਰਤਜ਼ਾ ਪਰ ਕਈ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਇਹ ਦੋਨੋਂ ਪਰਸਨ ਅਲੱਗ-ਅਲੱਗ ਨਹੀਂ ਹੈਗੇ ਵਾਰਿਸ ਸ਼ਾਹ ਦੇ ਇੱਕੋ ਹੀ ਸ਼ਾਗਿਰਦ ਸੀਗੇ ਤੇ ਉਹਨਾਂ ਦਾ ਪੂਰਾ ਨਾਮ ਸੀਗਾ ਮਖਦੂਮ ਮਰਤਜ਼ਾ ਠੀਕ ਹੈ ਤਾਂ ਮਰਤਜ਼ਾ ਤੋਂ ਕਾਫੀ ਵਿਦਵਾਨਾਂ ਨੇ ਮওলানা ਹਾਜ਼ੀ ਗੁਲਾਮ ਮਰਤਜ਼ਾ ਨਾਮ ਬਣਾ ਲਿਆ ਕਿ ਹੋਰ ਪਰਸਨ ਹੈ ਤੇ ਮਖਦੂਮ ਤੋਂ ਮਯੋਦੀਨ ਮਖਦੂਮ ਕਸੂਰੀ ਉਹ ਹੋਰ ਪਰਸਨ ਬਣਾਲੇ ਪਰ ਮੰਨਣਾ ਇਹ ਹੈ ਕਿ ਇਹ ਕੋਈ ਬੰਦੇ ਦੇ ਦੋ ਅਲੱਗ-ਅਲੱਗ ਨਾਮ ਹੈਗੇ ਹੈ ਤਾਂ ਇਹ ਹੈਗੀ ਹੈ ਜੀ ਆਪਣੇ ਕੋਲੇ ਵਾਰਿਸ شاہ ਦੇ ਮੁਰਸ਼ਦ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਇਹਨਾਂ ਦੀ ਜਾਤ ਦੇ ਬਾਰੇ ਪਰ ਇਹਨੂੰ ਡਿਸਕਸ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜੀ ਤੁਹਾਡੀ ਜਾਣਕਾਰੀ ਦੇ ਲਈ ਆਪਾਂ ਕਰਵਾ ਰਹੇ ਹਾਂ ਜੀ ਇਸ ਚੈਨਲ ਤੇ ਮਾਸਟਰ ਕੁਕਟਰ ਪੰਜਾਬੀ ਦੀ ਤਿਆਰੀ ਇਸ ਤੋਂ ਬਿਨਾ ਆਪਣਾ ਜਿਹੜਾ ਆਨਲਾਈਨ ਫਰੈਸ਼ ਬੈਚ ਹੈ ਉਹ ਚੱਲ ਰਿਹਾ ਜੀ ਉਦੇ ਰਿਗਾਰਡਿੰਗਲੀ ਤੁਹਾਡੀ ਕੋਈ ਵੀ ਕੁਇਰੀ ਹੋਵੇ ਤਾਂ ਤੁਸੀਂ ਸਾਨੂੰ ਇਸ ਨੰਬਰ ਤੇ WhatsApp ਕਰਕੇ ਸਾਡੇ ਨਾਲ ਜਿਹੜੀ ਗੱਲਬਾਤ ਆ ਉਹ ਕਰ ਸਕਦੇ ਹੋ ਤੇ ਤੁਸੀਂ ਇਸ ਪੈਚ ਨੂੰ ਜੁਆਇਨ ਕਰ ਸਕਦੇ ਹੋ ਆਪਣਾ ਨੰਬਰ ਹੈ ਜੀ 8847380896 ਇਸ ਨੰਬਰ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਅੱਗੇ ਆਪਾਂ ਗੱਲ ਕਰ ਰਹੇ ਸੀਗੇ ਜੀ ਵਾਰਿਸ ਸ਼ਾਹ ਦੀ ਜਾਤ ਦੀ ਤਾਂ ਵਾਰਿਸ ਸ਼ਾਹ ਦੀ ਯਾਤ ਹੈ ਜੀ ਸੈਦ ਠੀਕ ਹੈ ਜੀ ਇਹ ਸੈਦ ਜਾਤ ਦੇ ਸੈਦ ਘਰਾਣੇ ਦੇ ਨਾਲ ਸੰਬੰਧ ਰੱਖਦੇ ਸੀ ਪਲੱਸ ਇੱਕ ਇੱਥੇ ਹੋਰ ਤੁਸੀਂ ਨੋਟ ਕਰ ਲਿਓ ਕਿ ਵਾਰਿਸ ਸ਼ਾਹ ਦੇ ਦੋ ਭਰਾਵਾਂ ਦਾ ਜ਼ਿਕਰ ਮਿਲਦਾ ਹੈ ਕਾਦਰ ਸ਼ਾਹ ਤੇ ਬਹਾਦਰ ਪੇਪਰ ਦੇ ਹਵਾਲੇ ਨਾਲ ਕੋਈ ਇੰਪੋਰਟੈਂਟ ਨਹੀਂ ਹੈ ਵੈਸੇ ਨੌਲੇਜ ਦੇ ਲਈ ਜਾਤ ਹੈ ਜਿਹੜੀ ਇਹ ਪੁੱਛੀ ਜਾ ਸਕਦੀ ਹੈ ਇਹ ਇੰਪੋਰਟੈਂਟ ਹੈ ਜੀ ਅੱਗੇ ਆਪਾਂ ਗੱਲ ਕਰੀਏ ਕਿ ਵਾਰਿਸ ਸ਼ਾਹ ਦੇ ਕਾਲ ਦੀ ਕਿ ਵਾਰਿਸ ਸ਼ਾਹ ਕਿਸ ਕਾਲ ਦੇ ਕਵੀ ਨੇ ਤਾਂ ਵਾਰਿਸ ਸ਼ਾਹ ਹੁੰਦੇ ਜੀ ਆਪਣੇ ਕੋਲੇ ਉੱਤਰ ਨਾਨਕ ਕਾਲ ਦੇ ਕਵੀ ਤੇ ਪਛਲੇਰੇ ਮੁਗਲ ਕਾਲ ਦੇ ਕਵੀ ਜਾਂ ਕਹ ਲਓ ਕਿ ਮੁਗਲ ਕਾਲ ਦੇ ਪਤਨ ਦਾ ਸਮਾਂ ਸੀਗਾ ਵਾਰਿਸ਼ ਸ਼ਾ ਦਾ ਸਮਾਂ ਇਹ ਮੰਨਿਆ ਜਾਂਦਾ ਹੈਗਾ ਕਿ ਜਿਹੜੇ ਵਾਰਿਸ਼ ਆ ਉਹਨਾਂ ਨੂੰ ਮੁਗਲ ਕਾਲ ਦੇ ਪਤਨ ਦਾ ਕਿਤੇ ਨਾ ਕਿਤੇ ਦੁੱਖ ਹੈਗਾ ਜਿਵੇਂ ਆਪਣੇ ਕੋਲੇ ਜਿਵੇਂ ਆਪਾਂ ਪਹਿਲਾਂ ਇੱਕ ਕਵੀ ਡਿਸਕਸ ਕੀਤੇ ਸੀ ਬਾਬਾ ਬੁੱਲੇ ਸ਼ਾ ਹਣਾ ਉਹਨਾਂ ਨੂੰ ਵੀ ਇਹ ਚੀਜ਼ ਸੀਗੀ ਕਿ ਜੇ ਮੁਗਲ ਕਾਲ ਦੇ ਪਤਨ ਹੋਣ ਦਾ ਦੁੱਖ ਸੀਗਾ ਉਸੇ ਤਰੀਕੇ ਨਾਲ ਵਾਰਿਸ਼ ਸ਼ਾ ਦੇ ਪ੍ਰਤੀ ਵੀ ਇਹ ਚੀਜ਼ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਇੱਕ ਇੱਥੇ ਇੱਕ ਚੀਜ਼ ਤੁਸੀਂ ਹੋਰ ਯਾਦ ਰੱਖਿਓ ਜੀ ਇਹਨਾਂ ਦੇ ਜਨਮ ਸਥਾਨ ਦੇ ਨਾਲ ਇੱਕ ਤਰ੍ਹਾਂ ਦਾ ਜਨਮ ਸਥਾਨ ਇਹ ਮਿਲਦਾ ਜਿਹੜਾ ਮੈਂ ਤੁਹਾਨੂੰ ਆਲਰੇਡੀ ਦੱਸਿਆ ਹੈ ਕਿ ਪਿੰਡ ਜਿਹੜਾ ਹੈ ਜੰਡਿਆਲਾ ਸ਼ੇਰਖਾਂ ਜ਼ਿਲ੍ਹਾ ਸ਼ੇਖੂਪੁਰਾ ਇੱਕ ਇਹਨਾਂ ਦਾ ਪੇਪਰ ਦੇ ਵਿੱਚ ਆਇਆ ਸੀਗਾ ਇਹਨਾਂ ਦਾ ਜਨਮ ਸਥਾਨ ਉਹ ਹੈਗਾ ਜੀ ਬਾਬਾ ਬੁੱਧ ਸਿੰਘ ਦੇ ਅਨੁਸਾਰ ਤਾਂ ਬਾਬਾ ਬੁੱਧ ਸਿੰਘ ਕੀ ਕਹਿੰਦੇ ਹੈ ਬਾਬਾ ਬੁੱਧ ਸਿੰਘ ਕਹਿੰਦੇ ਹੈ ਕਿ ਵਾਰਿਸ ਦਾ ਜਨਮ ਡੱਬੀਪੁਰਾ ਤਹਿਸੀਲ ਕਸੂਰ ਵਿਖੇ ਹੋਇਆ ਹੈਗਾ ਡੱਬੀਪੁਰਾ ਤਹਿਸੀਲ ਕਸੂਰ ਯਾਦ ਰੱਖਿਓ ਇਹ ਵੀ ਵਾਰਿਸ ਦਾ ਜਨਮ ਸਥਾਨ ਮਿਲਦਾ ਹੈ ਇਹ ਕਿੰਨਾਂ ਦੇ ਅਨੁਸਾਰ ਹੈ ਇਹ ਹੈਗਾ ਜੀ ਵਾਰਿਸ ਸ਼ਾਹ ਦੇ ਅਨੁਸਾਰ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਵਾਰਿਸ ਸ਼ਾਹ ਦੇ ਪਿਤਾ ਦਾ ਨਾਮ ਵਾਰਿਸ ਸ਼ਾਹ ਦੇ ਪਿਤਾ ਦੇ ਵੀ ਆਪਾਂ ਨੂੰ ਦੋ ਨਾਮ ਮਿਲਦੇ ਆ ਪਹਿਲੀ ਧਾਰਨਾ ਦੇ ਅਨੁਸਾਰ ਇਹਨਾਂ ਦਾ ਨਾਮ ਹੈਗਾਗਾ ਸੈਦ ਗੁਲਸ਼ੀਰ ਸ਼ਾਹ ਤੇ ਦੂਸਰੀ ਧਾਰਨਾ ਦੇ ਅਨੁਸਾਰ ਇਹਨਾਂ ਦਾ ਜਿਹੜਾ ਜਿਹੜਾ ਪਿਤਾ ਦਾ ਨਾਮ ਉਹ ਮਿਲਦਾ ਕੁੱਤਬ ਸ਼ਾਹ ਜਿਹੜੇ ਕੁੱਤਬ ਸ਼ਾਹ ਇਹਨਾਂ ਦਾ ਨਾਮ ਹੈ ਇਹਨਾਂ ਨੇ ਖੁਦ ਆਪਣੀ ਰਚਨਾ ਦੇ ਵਿੱਚ ਲਿਖਿਆ ਹੈਗਾ ਜਿਵੇਂ ਇਹਨਾਂ ਦੀਆਂ ਤੁਕਾਂ ਨੇ ਬਿਨ ਅਮਲਾਂ ਦੇ ਨਹੀਂ ਨਿਆਤ ਤੇਰੀ ਪਿਆ ਮਰੇਗਾ ਕੁੱਤਬਦਿਆ ਬੇਟਿਆ ਹੋਏ ਤਾਂ ਕੁੱਤਬਦਿਆ ਬੇਟਿਆ ਤੋਂ ਵਿਦਵਾਨਾਂ ਨੇ ਅੰਦਾਜ਼ਾ ਲਾਇਆ ਕਿ ਇਹਨਾਂ ਦੇ ਜਿਹੜੇ ਪਿਤਾ ਜੀ ਸੀ ਉਹਨਾਂ ਦਾ ਨਾਂ ਸੀਗਾ ਕੁੱਤਬ ਸ਼ਾ ਤੇ ਇਹਨਾਂ ਦਾ ਘਰਾਣਾ ਸੇਦ ਘਰਾਣਾ ਉੱਥੋਂ ਕਈ ਲੋਕਾਂ ਨੇ ਅੰਦਾਜ਼ਾ ਲਗਾਇਆ ਹੈਗਾ ਕਿ ਜਿਹੜਾ ਨਾਮ ਹੈਗਾ ਇਹਨਾਂ ਦੇ ਪਿਤਾ ਜੀ ਦਾ ਹੋਏਗਾ ਸੇਦ ਗੁਲਸ਼ੀਰ ਸ਼ਾ ਪਰ ਤੁਸੀਂ ਦੋਨੋਂ ਨਾਮ ਯਾਦ ਰੱਖਣੇ ਨੇ ਕੋਈ ਵੀ ਤੁਹਾਨੂੰ ਜਿਹੜਾ ਹੈ ਨਾਮ ਪੁੱਛਿਆ ਜਾ ਸਕਦਾ ਹੈ ਦੌਰ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜੇ ਵਾਰਿਸ ਸ਼ਾਹ ਨੇ ਇਹ ਆਉਂਦੇ ਆ ਜੀ ਦੂਸਰੇ ਦੌਰ ਦੇ ਕਿੱਸਾ ਕਵੀ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸਤਕਾਰ ਦੇ ਵਜੋਂ ਵਾਰਿਸ ਸ਼ਾਹ ਨੂੰ ਕੀ ਆਖਿਆ ਜਾਂਦਾ ਹੈ ਵੈਸੇ ਆ ਤੁਸੀਂ ਖੁਦ ਜਾਣੀ ਜਾਣੋ ਕਿ ਵਾਰਿਸ ਸ਼ਾਹ ਕਿੰਨੇ ਪ੍ਰਸਿੱਧ ਆਪਣੇ ਕਿੱਸਾ ਕਵੀ ਹੋਏ ਨੇ ਹਨਾ ਤੇ ਬਹੁਤ ਹੀ ਜ਼ਿਆਦਾ ਇਹਨਾਂ ਦਾ ਕਿੱਸਾ ਮਕਬੂਲ ਹੋਇਆ ਤੇ ਇਹਨਾਂ ਨੂੰ ਕਿਹਾ ਜਾਂਦਾ ਹੈ ਜੀ ਪੰਜਾਬੀ ਕਿੱਸਾ ਕਾਵ ਦਾ ਸਿਖਰ ਜਿਵੇਂ ਕਿ ਗੁਰਮਤ ਕਾਵ ਦਾ ਸਿਖਰ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਜਾਂਦਾ ਹੈ ਇਸੇ ਤਰੀਕੇ ਨਾਲ ਜਿਹੜਾ ਸੂਫੀ ਮਤ ਹੈ ਸੂਫੀ ਕਾਵ ਦਾ ਜਿਹੜਾ ਸਿਖਰ ਹੈ ਉਹ ਬਾਬਾ ਬੁੱਲੇ ਸ਼ਾਹ ਨੂੰ ਆਖਿਆ ਜਾਂਦਾ ਹੈ ਇਸੇ ਤਰੀਕੇ ਨਾਲ ਜਿਹੜਾ ਕਿੱਸਾ ਕਾਵ ਹੈ ਉਹਦਾ ਸਿਖਰ ਆਖਿਆ ਜਾਂਦਾ ਜੀ ਵਾਰਿਸ ਸ਼ਾਹ ਨੂੰ ਇਸ ਤੋਂ ਬਿਨਾਂ ਇਹਨਾਂ ਨੂੰ ਕਿਹਾ ਜਾਂਦਾ ਜੀ ਸ਼ਾਹਾਂ ਦੇ ਸ਼ਾਹ ਪੰਜਾਬੀ ਦਾ ਵੱਡਾ ਸ਼ਾਇਰ ਇਹ ਨੂੰ ਕਿਹਾ ਗਿਆ ਜੀ ਵਾਰਿਸ ਸ਼ਾਹ ਨੂੰ ਸਾਹਿਤ ਕੋਸ਼ ਦੇ ਵਿੱਚ ਸਾਹਿਤ ਕੋਸ਼ ਦੇ ਵਿੱਚ ਵਾਰਿਸ ਸ਼ਾਹ ਨੂੰ ਕੀ ਆਖਿਆ ਗਿਆ ਪੰਜਾਬੀ ਦਾ ਵੱਡਾ ਸ਼ਾਇਰ ਇਸ ਤੋਂ ਬਿਨਾ ਵਾਰਿਸ ਸ਼ਾਹ ਨੂੰ ਕਿਹਾ ਗਿਆ ਪੰਜਾਬੀ ਦਾ ਪੀਰ ਇਹ ਕਿन्हਾਂ ਨੇ ਆਖਿਆ ਵਿਦਾਤਾ ਸਿੰਘ ਧੀਰ ਨੇ ਵਿਦਾਤਾ ਸਿੰਘ ਧੀਰ ਨੇ ਵਾਰਿਸ ਸ਼ਾਹ ਦੇ ਬਾਰੇ ਤੁਕਾਂ ਲਿਖੀਆਂ ਉਹ ਬਹੁਤ ਪ੍ਰਸਿੱਧ ਹੈ ਪੇਪਰ ਦੇ ਵਿੱਚ ਪੁੱਛੀਆਂ ਜਾ ਵੀ ਸਕਦੀਆਂ ਉਹ ਤੁਕਾਂ ਮੈਂ ਤੁਹਾਨੂੰ ਬੋਲਦੀਆਂ ਕਹਿੰਦੇ ਮਿੱਠੇ ਬੋਲੀ ਦੇ ਵਾਰਸਾ ਸੱਚ ਮੰਨੀ ਮੰਨਾ ਮੈਂ ਪੰਜਾਬੀ ਦਾ ਪੀਰ ਤੈਨੂੰ ਦਿੱਤੀ ਜਿੰਦ ਤੂੰ ਹੀਰ ਸਲੇਟੜੀ ਨੂੰ ਦੇਗੀ ਸਦਾ ਦੀ ਜਿੰਦੜੀ ਹੀਰ ਤੈਨੂੰ ਤਾਂ ਇਥੇ ਪੰਜਾਬੀ ਦਾ ਪੀਰ ਕਿੰਨਾਂ ਨੂੰ ਕਿਹਾ ਗਿਆ ਹੈਗਾ ਵਾਰਿਸ ਸ਼ਾਹ ਨੂੰ ਕਿੰਨਾਂ ਨੇ ਆਖਿਆ ਵਿਧਾਤਾ ਸਿੰਘ ਧੀਰ ਨੇ ਇਹ ਤੁਕਾਂ ਵੇਖੋ ਕਿੰਨੀ ਇੰਪੋਰਟੈਂਟ ਹੈ ਕਿੱਡੀਆਂ ਸੋਹਣੀਆਂ ਦੁਕਾਨੇ ਕਹਿੰਦੇ ਦਿੱਤੀ ਹੀਰ ਕਹਿੰਦੇ ਦਿੱਤੀ ਜਿੰਦ ਤੂੰ ਹੀਰ ਸਿਲੇਟਡੀ ਨੂੰ ਕਿ ਵਾਰਿਸ ਸ਼ਾਹ ਨੂੰ ਕਹਿ ਰਿਹਾ ਕਿ ਤੂੰ ਜਿਹੜੀ ਮਤਲਬ ਕਿੱਸਾ ਲਿਖਿਆ ਨਾ ਹੀਰ ਦਾ ਤੇ ਹੀਰ ਨੂੰ ਤੂੰ ਹੀਰ ਸਿਲੇਟਡੀ ਨੂੰ ਜਿੰਦ ਦਿੱਤੀ ਹੈ ਇਹਦੇ ਨਾਲ ਕੀ ਹੈ ਕਿ ਵਾਰਿਸ ਸ਼ਾਹ ਦੇ ਦੇਹਾਂਤ ਹੋਣ ਤੋਂ ਪਿੱਛੋਂ ਅੱਜ ਵੀ ਉਹ ਕਿੱਸਾ ਕਾਵ ਦੇ ਵਿੱਚ ਇੰਨੇ ਮਕਬੂਲ ਹੋਏ ਹੈ ਕਿੱਸਾ ਕਾਵ ਦਾ ਸਿਖਰ ਮੰਨੇ ਜਾਂਦੀ ਹੈ ਇਤੋਂ ਕੀ ਲੱਗਦਾ ਹੈ ਕਿ ਜਿਹੜੀ ਹੀਰ ਹੈ ਉਹ ਵਾਰਿਸ ਸ਼ਾਹ ਨੂੰ ਵੀ ਸਦਾ ਦੀ ਉਮਰ ਹੈ ਜਿਹੜੀ ਉਹ ਦੇ ਗਈ ਹੈ ਮਤਲਬ ਕਿ ਅਮਰ ਕਰ ਗਈ ਹੈਗੀ ਹੈ ਤਾਂ ਇਹ ਟਿੱਪਣੀ ਇਹਨਾਂ ਦੇ ਬਾਰੇ ਹੈਗੀ ਹੈ ਜੀ ਵਿਦਾਤਾ ਸਿੰਘ ਧੀਰ ਦੀ ਇਸ ਤੋਂ ਅੱਗੇ ਹੋਰ ਇਹਨਾਂ ਦੀ ਇਹਨਾਂ ਦੀ ਪ੍ਰਸਿੱਧ ਟਿੱਪਣੀਆਂ ਜੀ ਸੁਖੰਦ ਦਾ ਵਾਰਿਸ ਆਖਿਆ ਗਿਆ ਵਾਰਿਸ ਸ਼ਾਹ ਨੂੰ ਇਹ ਕਿੰਨਾ-ਕਿੰਨਾ ਨੇ ਆਖਿਆ ਇਹ ਇਹਨਾਂ ਨੂੰ ਆਖਿਆ ਜੀ ਅਹਿਮਦ ਯਾਰ ਨੇ ਤੇ ਮੀਆਂ ਮੁਹੰਮਦ ਬਖਸ਼ ਨੇ ਇਹਨਾਂ ਦੀਆਂ ਤੁਕਾਂ ਵੀ ਤੁਸੀਂ ਪੇਪਰ ਦੇ ਹਵਾਲੇ ਦੇ ਨਾਲ ਵੀ ਯਾਦ ਰੱਖਣੀ ਹੈ ਅਹਿਮਦ ਯਾਰ ਦੀਆਂ ਟੁਕਾਂ ਜਿਵੇਂ ਅਹਿਮਦ ਯਾਰ ਕਹਿੰਦਾ وارس شاہ ਸੁਖਣ ਦਾ وارث ਕੀ ਤੋਂ ਨਾ اٹਕਿਆ ਵਲਿਆ ਪਰ ਗਨਰਾਹੀ ਜੱਕੀ ਵਾਂਗੂ ਉਸ ਨਿੱਕਾ ਮੋਟਾ ਦਲਿਆ ਤਾਂ وارਿਸ਼ਾਂ ਨੂੰ ਕੀ ਕਹਿਿਆ ਕਿ ਉਹਨਾਂ ਨੇ ਸੁਖਣ ਦਾ وارث ਤੇ ਇਹ ਦੁਕਾਨ ਵੀ ਤੁਸੀਂ ਕਾਪੀ ਦੇ ਉੱਪਰ ਨੋਟ ਕਰ ਲਿਓ ਇੱਥੋਂ ਤੁਹਾਨੂੰ ਪੁੱਛਿਆ ਜਾ ਸਕਦਾ ਮੰਨ ਲਓ ਤੁਹਾਨੂੰ ਇਹ ਹੀ ਕਹਿ ਦੇਣ ਕਿ ਪਰ ਗਨਰਾਹੀ ਜੱਕੀ ਵਾਂਗੂ ਉਸ ਨਿੱਕਾ ਮੋਟਾ ਦਲਿਆ ਕੀ ਦੀ ਗੱਲ ਕਰ ਰਹੇ ਹੈ ਹਨਾ ਤਾਂ وارਿਸ਼ ਸਾਡੀ ਗੱਲ ਕੀਤੀ ਹੈ احمد ਜ਼ਾਦ ਨੇ ਸੇਮ ਤਰੀਕੇ ਦੇ ਨਾਲ মিয়া محمد بخش ਨੇ ਕਿੱਸਾ ਲਿਖਿਆ ਸੈਫਲ ਮਲੂਕ ਉਦੇ ਵਿੱਚ ਵੀ ਉਹਨਾਂ ਨੇ ਟਿੱਪਣੀ ਕੀਤੀ ਹੈ ਵਾਰਿਸ ਸ਼ਾਹ ਦੇ ਉੱਪਰ ਉੱਥੇ ਵੀ ਉਹਨਾਂ ਨੇ ਵਾਰਿਸ ਸ਼ਾਹ ਨੂੰ ਸੁਖੰਦ ਦਾ ਵਾਰਿਸ ਆਖਿਆ ਜਿਵੇਂ ਉਹ ਕਹਿੰਦੇ ਆ ਵਾਰਿਸ ਸ਼ਾਹ ਸੁਖੰਦ ਦਾ ਵਾਰਿਸ ਨਿੰਦੇ ਕੌਣ ਉਹਨਾਂ ਨੂੰ ਹਰਫ਼ ਉਹਦੇ ਤੇ ਉਂਗਲੀ ਧਰਨੀ ਨਾਹੀ ਕਦਰ ਅਸਾਨੂੰ ਤਾਂ ਇਹ ਪ੍ਰਸਿੱਧ ਤੁਕਾਂਈ ਮੀਆਂ ਮੁਹੰਮਦ ਬਖਸ਼ ਦੀਆਂ ਆਪਣੇ ਕੋਲ ਕਿਹਦੇ ਬਾਰੇ ਹੈਗੀਆਂ ਨੇ ਇਹ ਵਾਰਿਸ ਸ਼ਾਹ ਦੇ ਬਾਰੇ ਅੱਗੇ ਹੋਰ ਪ੍ਰਸਿੱਧ ਕੋਟੇਸ਼ਨ ਹੈ ਜੀ ਪੰਜਾਬੀਆਂ ਦੀ ਅੰਜੀਲ ਪੰਜਾਬੀਆਂ ਦੀ ਅਜੀਲ ਵਾਰਿਸਾ ਨੂੰ ਨਹੀਂ ਕਿਹਾ ਜਾਂਦਾ ਵਾਰਿਸ ਸ਼ਾਹ ਦਾ ਜਿਹੜਾ ਕਿੱਸਾ ਹੈ ਹੀਰ ਉਹ ਇੰਨਾ ਜ਼ਿਆਦਾ ਮਕਬੂਲ ਹੋਇਆ ਕਿ ਉਹਨੂੰ ਪੰਜਾਬੀਆਂ ਦੀ ਅੰਜੀਲ ਆਖਿਆ ਜਾਂਦਾ ਹੈਗਾ ਅੰਜੀਲ ਕੀ ਹੈਗੀ ਹੈ ਈਸਾਈਆਂ ਦੀ ਧਾਰਮਿਕ ਪੁਸਤਕ ਨੂੰ ਅੰਜੀਲ ਆਖਿਆ ਜਾਂਦਾ ਤੇ ਪੰਜਾਬੀ ਦੇ ਵਿੱਚ ਤੁਸੀਂ ਇਹ ਦੇਖੋ ਕਿ ਜਿਹੜਾ ਕਿੱਸਾ ਹੀਰ ਰਾਂਝਾ ਕਿੰਨਾ ਜ਼ਿਆਦਾ ਪ੍ਰਸਿੱਧ ਰਿਹਾ ਕਿੰਨੀ ਸ਼ਾਹਕਾਰ ਰਚਨਾ ਹੈਗੀ ਹੈ ਕਿ ਇਸੇ ਨੂੰ ਹੀ ਪੰਜਾਬੀਆਂ ਦੀ ਅੰਜੀਲ ਆਖਿਆ ਗਿਆ ਹੈਗਾ ਠੀਕ ਹੈ ਜੀ ਇਹ ਸੀਗੀਆਂ ਇੱਥੋਂ ਤੋਂ ਲੈ ਕੇ ਤੱਕ ਜਿਹੜੀਆਂ ਮਹੱਤਵਪੂਰਨ ਕੋਟੇਸ਼ਨ ਸਾਰੀਆਂ ਪੇਪਰ ਦੇ ਹਵਾਲੇ ਨਾਲ ਮੋਸਟ ਇੰਪੋਰਟੈਂਟ ਤੁਹਾਨੂੰ ਕਿਤੋਂ ਵੀ ਕੁਝ ਦੇ ਕੇ ਪੁੱਛਿਆ ਜਾ ਸਕਦਾ ਹੈ ਕਿ ਤੁਕਾਂ ਕਿਹਦੀਆਂ ਨੇ ਕਿੰਨਾ ਬਾਰੇ ਆਖੀਆਂ ਗਈਆਂ ਠੀਕ ਹੈ ਜੀ ਤੇ ਸਾਰੀਆਂ ਤੁਸੀਂ ਇਹ ਯਾਦ ਕਰਨੀਆਂ ਹੈਗੀਆਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਵਾਰਿਸ ਸ਼ਾਹ ਦੀਆਂ ਰਚਨਾਵਾਂ ਦੀ ਤਾਂ ਵਾਰਿਸ ਸ਼ਾਹ ਦੀਆਂ ਕਾਫੀ ਵਿਦਵਾਨਾਂ ਦਾ ਮੰਨਣਾ ਹੈ ਕਿ ਇਹਨਾਂ ਦੀ ਆਪਣੇ ਕੋਲੇ ਇੱਕ ਇਕਲੋਤੀ ਰਚਨਾ ਮਿਲਦੀ ਹੈ ਜੀ ਕਿੱਸਾ ਹੀਰ ਰਾਂਝਾ ਜਿਹੜੀ ਕਿ ਬਹੁਤ ਜ਼ਿਆਦਾ ਮਕਬੂਲ ਹੋਈ ਹੈ ਬਹੁਤ ਜ਼ਿਆਦਾ ਪ੍ਰਸਿੱਧ ਹੈਗੀ ਇਸ ਤੋਂ ਬਿਨਾ ਆਪਣੇ ਪੰਜਾਬੀ ਦੇ ਇੱਕ ਵਿਦਵਾਨ ਹੈਗੇ ਆ ਡਾਕਟਰ ਮੋਹਨ ਸਿੰਘ ਦਿਵਾਨਾ ਉਹਨਾਂ ਦਾ ਮੰਨਣਾ ਹੈ ਕਿ ਵਾਰਿਸਾ ਨੇ ਇੱਕ ਸ਼ਹਿਰਫੀ ਲਿਖੀ ਹੈ ਤੇ ਇੱਕ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਹੈ ਇਹਨਾਂ ਰਚਨਾਵਾਂ ਤੋਂ ਉਹਨੂੰ ਅਲੱਗ ਕਰਕੇ ਟਿੱਪਣੀ ਦੇ ਵਿੱਚ ਕਰਕੇ ਤੁਸੀਂ ਇਹਨੂੰ ਨੋਟ ਕਰ ਲਿਓ ਕਿ ਡਾਕਟਰ ਮੋਹਨ ਸਿੰਘ ਦਿਵਾਨਾ ਕੀ ਮੰਨਦੇ ਆ ਕਿ ਵਾਰਿਸਾ ਦਾ ਕਿਸੇ ਹੀ ਰਾਂਜੇ ਤੋਂ ਬਿਨਾ ਇੱਕ ਸ਼ਹਿਰਫੀ ਤੇ ਸੱਸੀ ਪੁੰਨੂ ਦਾ ਕਿੱਸਾ ਵੀ ਲਿਖਿਆ ਮਿਲਦਾ ਹੈਗਾ ਇਸ ਤੋਂ ਬਿਨਾ ਬਾਕੀ ਜਿਹੜੇ ਵਿਦਵਾਨ ਆ ਉਹਨਾਂ ਦਾ ਕੀ ਮੰਨਣਾ ਕਿ ਕਸਾ ਹੀਰ ਰਾਂਝਾ ਰਚਨਾ ਮਿਲਦੀ ਹੈ ਵਾਰਿਸ ਸ਼ਾਹੀ ਇਸ ਤੋਂ ਬਿਨੋਂ ਕਹਿੰਦੇ ਆ ਕਿ ਵਾਰਿਸ ਸ਼ਾਹੀ ਇੱਕ ਸ਼ਹਿਰਫੀ ਲਾਹੌਰ ਇਹ ਵੀ ਰਚਨਾ ਮਿਲਦੀ ਹੈ ਚੋਹੇ ਟਡੀ ਨਾਵਾ ਇਹ ਵੀ ਮੰਨਿਆ ਜਾਂਦਾ ਹੈਗਾ ਕਿ ਇਹ ਵੀ ਜਿਹੜੀ ਵਾਰਿਸ ਸ਼ਾਹੀ ਰਚਨਾ ਹੈਗੀ ਹੈ ਚੋਹੇ ਟਡੀ ਨਾਵਾ ਇਹ ਵੀ ਮਿਲਦੀ ਹੈ ਇਹ ਕਿੰਨਾਂ ਨੇ ਮੰਨੀ ਹੈ ਇਹ ਮੰਨੀ ਹੈ ਜੀਆ ਮੁਹੰਮਦ ਨੇ ਜੀਆ ਮੁਹੰਮਦ ਵਿਦਵਾਨ ਨੇ ਉਹਨਾਂ ਦੀ ਲਿਖਤ ਸਗੀ ਯਾਦਗਾਰੀ ਵਾਰਿਸ ਉਹਦੇ ਚ ਉਹਨਾਂ ਨੇ ਗੱਲ ਕੀਤੀ ਹੈ ਕਿ ਵਾਰਿਸ ਸ਼ਾਹੀ ਜਿਹੜੀ ਰਚਨਾ ਉਹ ਚੋਹੇ ਟਡੀ ਨਾਵਾ ਵੀ ਹੈਗੀ ਹੈ ਇਸ ਤੋਂ ਬਿਨਾ ਵਾਰਿਸ ਸ਼ਾਹ ਦੇ ਦੋੜੇ ਲਿਖੇ ਮਿਲਦੇ ਆ ਤੇ ਮਹਾਰਾਜਨਾਮਾ ਇਹ ਲਿਖਿਆ ਮਿਲਦਾ ਹੈਗਾ ਇੰਨੀਆਂ ਰਚਨਾਵਾਂ ਆਪਣੇ ਕੋਲ ਹੈਗੀਆਂ ਜੀ ਵਾਰਿਸ ਸ਼ਾਹ ਦੀਆਂ ਪਰ ਇਨਾਂ ਸਾਰਿਆਂ ਦੇ ਵਿੱਚੋਂ ਜਿਹੜੀ ਸਭ ਤੋਂ ਪ੍ਰਸਿੱਧ ਆ ਉਹ ਹੈਗੀ ਆਪਣੇ ਕੋਲ ਕਿੱਸਾ ਹੀਰ ਰਾਂਝਾ ਇਹੀ ਆਪਣੇ ਸਿਲੇਬਸ ਦੇ ਵਿੱਚ ਲੱਗੀ ਹੋਈ ਹੈ ਇਸੇ ਦੇ ਪੁਆਇੰਟ ਆਫ 뷰 ਤੋਂ ਆਪਾਂ ਗੱਲ ਕਰਾਂਗੇ ਬਾਕੀਆਂ ਦੇ ਜਿਹੜੇ ਤੁਸੀਂ ਨਾਮ ਹੈ ਉਹ ਜ਼ਰੂਰ ਤੁਸੀਂ ਯਾਦ ਰੱਖਣੇ ਆ ਜੀ ਤਾਂ ਆਪਾਂ ਸਟਾਰਟ ਕਰਦੇ ਹਾਂ ਦੀ ਪ੍ਰਸਿੱਧ ਰਚਨਾ ਕਿੱਸਾ ਹੀਰ ਰਾਂਝਾ ਬਾਰੇ ਤਬਲਾ ਦੇ ਦੇਖੋ ਕਿ ਜਿਹੜੀ ਇਹ ਰਚਨਾ ਹੈਗੀ ਹੈ ਕਿੱਸਾ ਹੀਰ ਰਾਂਝਾ ਇਹ ਵਾਰਿਸ ਸ਼ਾਹ ਨੇ ਕੋਈ ਨਵੀਂ ਜਿਹੜੀ ਕਹਾਣੀ ਆ ਜਾਂ ਕਿੱਸਾ ਉਹ ਨਹੀਂ ਲਿਖਿਆ ਇਹ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ ਸੀ ਕਿੱਸਾ ਉਸੇ ਦੀ ਹੀ ਰਚਨਾ ਵਾਰਿਸ ਸ਼ਾਹ ਨੇ ਕੀਤੀ ਹੈਗੀ ਹੈ ਵਾਰਿਸ ਤੋਂ ਪਹਿਲਾਂ ਕਿਹੜੇ-ਕਿਹੜੇ ਕਵੀ ਆ ਜਿਵੇਂ ਦਮੋਦਰ ਮੁਕਬਲ ਤੇ ਅਮਜਗੁਦਰ ਇਸ ਤਿੰਨੇ ਕਿੱਸਾ ਕਵੀ ਜਿਹੜੇ ਸੀ ਉਹ ਕਿੱਸਾ ਲਿਖ ਚੁੱਕੇ ਸੀ ਹਨਾ ਦਮੋਦਰ ਨੇ ਦਵਈਆ ਛੰਦ ਚ ਲਿਖਿਆ ਸੀ ਦੁਖਾਂਤ ਕਿੱਸਾ ਲਿਖਿਆ ਸੀ ਮਕਬਲ ਜਿਹੜਾ ਸੀ ਉਹ ਨੇਤਰਹੀਨ ਸੀ ਉਹਨੇ ਵੀ ਬੈਂਤ ਸ਼ੰਦ ਦੇ ਵਿੱਚ ਕਿਸਾ ਲਿਖਿਆ ਅਹਿਮਦ ਗੁੱਜਰ ਨੇ ਵੀ ਜਿਹੜਾ ਹੀਰਾਂਝਾ ਦਾ ਕਿਸਿਆ ਹੈਗਾ ਬੈਂਤ ਸ਼ਮ ਦੇ ਵਿੱਚ ਲਿਖਿਆ ਤੇ ਜਿਹੜਾ ਅੰਤ ਹੈਗਾ ਉਹ ਦੁਖਾਂਤਿਕ ਕੀਤਾ ਹੈਗਾ ਤਾਂ ਕਈ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਵਾਰਿਸ ਸ਼ਾਹ ਨੇ ਕਿਸਾ ਹੀਰਾਂਝਾ ਲਿਖਣ ਤੋਂ ਪਹਿਲਾਂ ਅਹਿਮਦ ਗੁੱਜਰ ਤੇ ਮਕਬਲ ਦੇ ਕਿਸੇ ਨੂੰ ਨਾ ਬਾਖੂਬੀ ਪੜਿਆ ਤੇ ਉਹਦੇ ਵਰਗਾ ਹੀ ਕਿਸਾ ਲਿਖਿਆ ਜਾਂ ਕਹਿ ਲਓ ਕਿ ਵਾਰਿਸ ਸ਼ਾਹ ਜਿਹੜੇ ਸੀਗੇ ਕਿਸਾ ਹੀਰਾਂਝਾ ਲਿਖਣ ਦੇ ਵਿੱਚ ਉਹ ਅਹਿਮਦ ਗੁੱਜਰ ਤੇ ਮਕਬਲ ਤੋਂ ਪ੍ਰਭਾਵਿਤ ਸੀਗੇ ਤੁਹਾਨੂੰ ਕੁਐਸਚਨ ਆ ਜਾਏਗਾ ਕਿੰਨਾ ਤੋਂ ਪ੍ਰਭਾਵਿਤ ਹੋ ਕੇ ਕਿਸ ਦਾ ਲਿਖਿਆ ਉਹਨਾਂ ਨੇ ਅਹਿਮਦ ਗੁਜਰ ਤੇ ਮੁਕਬਲ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਕਿਸ ਦਾ ਲਿਖਿਆ ਹੈਗਾ ਗੁਜਰ ਤੋਂ ਅਹਿਮਦ ਗੁਜਰ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਸੀਗੇ ਕਿ ਕਈ ਜਿਹੜੇ ਉਹਨਾਂ ਦੇ ਪਦੇ ਸੀ ਕਈ ਉਹਨਾਂ ਦੀਆਂ ਤੁਕਾਂ ਸੀਗੀਆਂ ਜਿਹੜੀਆਂ ਆਪਣੇ ਕਿਸੇ ਦੇ ਵਿੱਚ ਉਹਨਾਂ ਨੇ ਉਹ ਜਿਉਂ ਦੀ ਤਿਉਂ ਵਰਤ ਲਈਆਂ ਹੈਗੀਆਂ ਤਾਂ ਐਂਡ ਦੇ ਉੱਪਰ ਜੇ ਆਪਾਂ ਨਚੋਟ ਦੀ ਗੱਲ ਕਰੀਏ ਤਾਂ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਕਿੱਸਾ ਹੀਰਾਂਝਾ ਵਾਰਿਸ ਸ਼ਾਹ ਨੇ ਲਿਖਿਆ ਹੈ ਇਹਦੇ ਵਿੱਚ ਉਹਨਾਂ ਨੇ ਕਹਾਣੀ ਲਈ ਹੈ ਮੁਕਬਲ ਵਾਲੀ ਜਿਹੜੀ ਸ਼ੈਲੀ ਆ ਉਹ ਲਈ ਹੈ ਜੀ احمد ਯਾਰ ਵਾਲੀ ਸ਼ੈਲੀ ਨੂੰ ਉਹਨਾਂ ਨੇ احمد ਯਾਰ ਦੀ ਨੂੰ ਫੋਲੋ ਕੀਤਾ ਤੇ ਕਹਾਣੀ ਉਹਨਾਂ ਨੇ ਨੇ ਮੁਕਬਲ ਦੀ ਨੂੰ ਫੋਲੋ ਕੀਤਾ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿੱਸਾ ਹੀਰ ਰਾਂਝਾ ਦਾ ਤਾਂ ਸਭ ਤੋਂ ਪਹਿਲਾਂ ਦੇਖੋ ਜੀ ਕਿਸੇ ਰਚਨ ਦਾ ਸਮਾਂ ਕਿ ਕਿਸੇ ਦੀ ਰਚਨਾ ਕਦੋਂ ਕੀਤੀ ਗਈ ਹੈ ਇਹਦੇ ਸਬੰਧੀ ਵੀ ਆਪਾਂ ਨੂੰ ਤਿੰਨ ਜਿਹੜੀਆਂ ਤਰੀਕਾਂ ਨੇ ਉਹ ਮਿਲਦੀਆਂ ਹੈਗੀਆਂ ਪਹਿਲੀ ਹੈਗੀ ਹੈ ਜੀ 1180 ਹਿਜਰੀ ਤੁਹਾਨੂੰ ਹਿਜਰੀ ਦੇ ਵਿੱਚ ਪੁੱਛਿਆ ਜਾਵੇ ਤਾਂ ਕੀ ਆਊਗਾ 1180 ਹਿਜਰੀ ਇਹ ਉਹਨਾਂ ਨੇ ਖੁਦ ਜਿਵੇਂ ਤੁਕਾਂ ਹੈਗੀਆਂ ਉਹ ਚ ਉਹਨਾਂ ਨੇ ਲਿਖਿਆ ਕਹਿੰਦੇ ਸਨ 1180 ਨਬੀ ਹਿਜਰੀ ਲੰਬੇ ਦੇਸ਼ ਦੇ ਵਿੱਚ ਤਿਆਰ ਹੋਈ 18 ਮੈਂ 23 ਅਸਮਤ ਰਾਜੇ ਬਿਕਰਮਾਜੀਤ ਅਨਸਾਰ ਹੋਈ ਤਾਂ ਸਮਤ ਦੀ ਗੱਲ ਵੀ ਇਹਨਾਂ ਤੁਕਾਂ ਦੇ ਵਿੱਚ ਕੀਤੀ ਹੈ ਤਾਂ ਸਮਤ ਹੈਗਾ ਜੀ 1823 ਬਿਕਰਮੀ ਸਮਤ ਇਸ ਤੋਂ ਬਿਨਾ ਈਸਵੀ ਜਦੋਂ ਤੁਹਾਨੂੰ ਬਿਕਰਮੀ ਸੰਮਤ ਪਤਾ ਲੱਗ ਜੇ ਜਿਵੇਂ ਤੁਹਾਡੇ ਕੋਲ 1823 ਬਿਕਰਮੀ ਸੰਮਤ ਆ ਗਿਆ ਤਾਂ ਉਹਦੇ ਵਿੱਚੋਂ 57 ਜਿਹੜੇ ਹੈਗੇ ਉਹ ਮਾਈਨਸ ਕਰ ਦਿਓ ਤਾਂ ਜਿਹੜੀ ਤੁਹਾਡੇ ਕੋਲ ਆ ਗਈ ਉਹ ਈਸਵੀ ਆ ਚੋਗੀ ਤਾਂ ਇਸ ਅਕੋਰਡਿੰਗਲੀ ਆਪਣੇ ਕੋਲੇ ਈਸਵੀ ਕਿੰਨੀ ਬਣ ਗਈ 1766 ਈਸਵੀ ਤਾਂ ਇਹਦੇ ਕਿਸ ਤਰ੍ਹਾਂ ਲਿਖਣ ਦੀਆਂ ਤਿੰਨੋਂ ਤਰੀਕਾ ਤੁਸੀਂ ਯਾਦ ਰੱਖਣੀਆਂ ਹਿਜਰੀ ਦੇ ਵਿੱਚ 1180 ਬਿਕਰਮੀ ਸੰਮਤ ਦੇ ਵਿੱਚ 1823 ਤੇ ਈਸਵੀ ਦੇ ਵਿੱਚ 1766 ਇਸ ਤੋਂ ਬਿਨਾ ਕਈ ਜਗ੍ਹਾ ਦੇ ਉੱਪਰ ਇਹਨਾਂ ਦਾ ਕਿੱਸਾ ਲਿਖਣ ਦਾ ਸਮਾਂ ਜਿਹੜਾ ਹੈਗਾ ਉਹ 1765 ਵੀ ਮਿਲਦਾ ਹੈਗਾ ਕਿਉਂਕਿ ਜਦੋਂ ਕਿਸੇ ਵਿਦਵਾਨ ਨੇ ਕਿਸੇ ਹੋਰ ਨੇ ਕਿੱਸਾ ਛਪਵਾਇਆ ਤਾਂ ਉਹਨਾਂ ਨੇ ਬਿਕਰ ਬਿਕਰਮੀ ਸੰਮਤ 1830 ਲਿਖਣ ਦੀ ਥਾਂ 1822 ਲਿਖਤਾ ਤਾਂ ਉਹਨਾਂ ਦੇ ਅਨੁਸਾਰ ਕਿਸੇ ਦੀ ਈਸਵੀ ਕੀ ਬਣ ਗਈ 1765 ਪਰ ਜ਼ਿਆਦਾਤਰ ਇਹ ਮੰਨਿਆ ਜਾਂਦਾ ਹੈ ਕਿ ਕਿੱਸਾ ਰਚੰਦਾ ਜਿਹੜਾ ਸਮਾਂ ਹੈਗਾ ਉਹ ਹੈਗਾ ਜੀ 1760 ਈਸਵੀ ਇਸ ਤੋਂ ਬਾਅਦ ਅਗਲੀ ਗੱਲ ਜੇ ਆਪਾਂ ਕਰੀਏ ਕਿ ਕਿੱਸਾ ਕਿੱਥੇ ਲਿਖਿਆ ਗਿਆ ਤਾਂ ਕਿੱਸਾ ਲਿਖਿਆ ਗਿਆ ਹੈਗਾ ਜੀ ਪਿੰਡ ਮਲਕਾਂ ਹਾਂਸਣਾ ਦੇ ਪਿੰਡ ਦੇ ਵਿੱਚ ਵਾਰਿਸ ਸ਼ਾਹ ਦੇ ਬਾਰੇ ਜਿਹੜੀ ਸ਼ਾਰਟ ਸਟੋਰੀ ਹੈ ਇਹ ਮੰਨੀ ਜਾਂਦੀ ਹੈ ਕਿ ਇਹਨਾਂ ਨੇ ਜਿਹੜਾ ਸੂਫੀ ਮਤ ਉਹਦਾ ਜਿਹੜਾ ਅਧਿਆਤਮਿਕ ਗਿਆਨ ਉਹ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਉਹ ਗਿਆਨ ਥੋੜਾ ਬਹੁਤ ਇਹਨਾਂ ਨੂੰ ਸੀਗਾ ਵੀ ਤਾਂ ਫਿਰ ਇਹਨਾਂ ਨੇ ਪਾਕਪਟਨ ਦੇ ਵਿੱਚ ਉੱਥੇ ਰਹਿ ਕੇ ਜਿਹੜਾ ਇਹ ਲੋਕਾਂ ਨੂੰ ਗਿਆਨ ਉਹ ਵੰਡਣਾ ਸ਼ੁਰੂ ਕੀਤਾ ਪਰ ਉੱਥੇ ਇਹਨਾਂ ਦਾ ਪ੍ਰੇਮ ਪਿਆ ਗਿਆ ਇੱਕ ਭਾਗਪਰੀ ਇਸਤਰੀ ਦੇ ਨਾਂ ਦੇ ਨਾਲ ਤਉ ਉਸ ਇਹ ਆਪਦੀ ਬਦਨਾਮੀ ਤੋਂ ਬਚਣ ਦੇ ਮਾਰੇ ਉਥੋਂ ਪਾਕਪਟਨ ਤੋਂ ਚੱਲ ਕੇ ਪਹੁੰਚ ਗਏ ਪਿੰਡ ਮਲਕਾ ਹਾਂਸ ਦੇ ਵਿੱਚ ਤਾਂ ਇਹ ਪਿੰਡ ਮਲਕਾ ਹਾਂਸ ਦੇ ਵਿੱਚ ਪਹੁੰਚ ਕੇ ਇੱਥੇ ਇਹਨਾਂ ਨੇ ਕਿੱਸਾ ਜਿਹੜਾ ਹੈਗਾ ਉਹ ਹੀਰ ਰਾਂਝਾ ਲਿਖਿਆ ਤੇ ਕਾਫੀ ਵਿਦਵਾਨਾਂ ਦਾ ਮੰਨਣਾ ਹੈ ਕਿ ਇਹਨਾਂ ਦਾ ਭਗ ਪ੍ਰਤੀ ਭਗ ਪਰੀ ਦੇ ਨਾਲ ਜਿਹੜਾ ਇਹਨਾਂ ਦਾ ਪ੍ਰੇਮ ਸੀਗਾ ਉਹਦਾ ਇਹਨਾਂ ਦਾ ਖੁਦੇ ਹੱਡੀ ਹੰਡਾਇਆ ਹੋਇਆ ਇਸ਼ਕ ਸੀਗਾ ਤੇ ਉਸੇ ਨੂੰ ਇਹਨਾਂ ਨੇ ਤਾਂ ਇਹਨਾਂ ਨੇ ਇੰਨਾ ਬਾਖੂਬੀ ਬਿਆਨ ਕੀਤਾ ਕਿੱਸਾ ਹੀਰ ਰਾਂਝਾ ਨੂੰ ਕਾਫੀ ਵਿਦਵਾਨਾਂ ਦਾ ਇਹ ਮੰਨਣਾ ਹੈ ਇਸ ਗੱਲ ਦੇ ਉੱਪਰ ਕਾਫੀ ਮਤਭੇਦ ਹੈਗੇ ਆ ਜੀ ਅੱਗੇ ਆਪਾਂ ਗੱਲ ਕਰਦੇ ਹਾਂ ਬਸ ਤੁਸੀਂ ਪੇਪਰ ਦੇ ਵਾਲਨਾਂ ਯਾਦ ਰੱਖਣਾ ਕਿ ਕਿੱਸਾ ਜਿਹੜਾ ਹੈ ਉਹ ਲਿਖਿਆ ਗਿਆ ਹੈਗਾ ਮਲਕਾ ਹਾਂਸਣਾ ਦੇ ਪਿੰਡ ਦੇ ਵਿੱਚ ਅੱਗੇ ਆਪਾਂ ਗੱਲ ਕਰੀਏ ਜੀ ਸ਼ੈਲੀ ਦੀ ਤਾਂ ਕਿੱਸਾ ਲਿਖਿਆ ਗਿਆ ਜੀ ਵਿਸਤ੍ਰਿਤ ਸ਼ੈਲੀ ਦੇ ਵਿੱਚ ਜਿਵੇਂ ਕਿ ਆਪਾਂ ਦਮੋਦਰ ਦਾ ਕਿੱਸਾ ਕੀਤਾ ਜਿੱਥੇ ਆਪਣਾ ਜਦੋਂ ਆਪਾਂ ਆਨਲਾਈਨ ਬੈਚ ਲੈ ਰਹੇ ਹਾਂ ਉਸ ਦੇ ਵਿੱਚ ਆਪਾਂ ਦਮੋਦਰ ਦਾ ਕਿੱਸਾ ਪੂਰੀ ਡਿਟੇਲ ਦੇ ਵਿੱਚ ਕੀਤਾ ਤੇ ਉੱਥੇ ਆਪਾਂ ਗੱਲ ਕੀਤੀ ਹੈ ਕਿ ਦਮੋਦਰ ਜਿਹੜਾ ਹੈਗਾ ਉਹ ਸੂਤਰਕ ਸ਼ੈਲੀ ਵਰਤਦਾ ਹੈ ਪਰੰਤੂ ਜਿਹੜਾ ਆਪਣੇ ਕੋਲ ਹੈਗਾਗਾ ਇਹ ਵਾਰਿਸ਼ ਆ ਇਹਨਾਂ ਨੇ ਵਿਸਤ੍ਰਿਤ ਸ਼ੈਲੀ ਦਾ ਪ੍ਰਯੋਗ ਕੀਤਾ ਹੈ ਵਿਸਤ੍ਰਿਤ ਸ਼ੈਲੀ ਦਾ ਕੀ ਅਰਥ ਹੈ ਕਿ ਹਰੇਕ ਗੱਲ ਨੂੰ ਬਹੁਤ ਜ਼ਿਆਦਾ ਇਹਨਾਂ ਨੇ ਵਧਾ ਚੜਾ ਕੇ ਪੂਰੀ ਹੈ ਮਤਲਬ ਤਸੱਲੀ ਦੇ ਨਾਲ ਬਿਆਨ ਕੀਤਾ ਹੈਗਾ ਤਾਂ ਹੁੰਦੀ ਹੈ ਵਿਸਤ੍ਰਿਤ ਸ਼ੈਲੀ ਹਰੇਕ ਚੀਜ਼ ਨੂੰ ਪੂਰੇ ਵਿਸਤਾਰ ਦੇ ਨਾਲ ਦੱਸਣਾ ਜਿੱਥੇ ਦਮੋਦਰ 10 ਤੇ 12 ਤੁਕਾਂ ਦੇ ਵਿੱਚ ਹੀਰ ਨੂੰ ਜਵਾਨ ਕਰ ਦਿੰਦਾ ਉੱਥੇ ਜਿਹੜਾ ਹੈਗਾ ਵਾਰਿਸ਼ ਆ ਉੱਥੇ ਉਹਨੇ 30 ਤੋਂ ਵੱਧ ਜਿਹੜੀਆਂ 17 ਉਹਦੀਆਂ ਸੁੰਦਰਤਾ ਬਿਆਨ ਕਰਨ ਤੇ ਲਾਤੀਆਂ ਤਾਂ ਇਥੋਂ ਕੀ ਕਿਹਾ ਜਾਂਦਾ ਹੈ ਕਿ ਜਿਹੜੀ ਇਹਨਾਂ ਦੀ ਸ਼ੈਲੀ ਆ ਉਹ ਵਿਸਤ੍ਰਿਤ ਸ਼ੈਲੀ ਹੈ ਜਿਵੇਂ ਇਹ ਵਿਸਤ੍ਰਿਤ ਸ਼ੈਲੀ ਦੀ ਵਰਤੋਂ ਕਰਦੇ ਜਿਵੇਂ ਦਮੋਦਰ ਨੇ ਹੀਰ ਦੀ ਸੁੰਦਰਤਾ ਦਾ ਵਰਣਨ ਕੀਤਾ ਤੇ 30 17 ਲਿਖੀਆਂ ਉਹਦੇ ਵਿੱਚੋਂ ਕੁਝ 17 ਮੈਂ ਤੁਹਾਨੂੰ ਸੁਣਾਉਣੀ ਆ ਜਿਵੇਂ ਕਹਿੰਦੇ ਹੀਰ ਦੀ ਸੁੰਦਰਤਾ ਦਾ ਜ਼ਿਕਰ ਕੀਤਾ ਹੋਠ ਸੁਰਖ ਜਾਕੂਤ ਜਿਉਂ ਲਾਲ ਚਮਕਣ ਠੋਡੀ ਸੇਬ ਵਲਾਈਤੀ ਸਾਰ ਵਿੱਚੋਂ ਨਖ ਅਲਫ ਹਸੈਨੀ ਦਾ ਪਿਪਲ ਸੀ ਜੁਲਫਾ ਨਾਗ ਖਜ਼ਾਨੇ ਦੀ ਬਾਰ ਵਿੱਚੋਂ ਦੰਦ ਚੰਬੇ ਦੀ ਲੜੀ ਕੇ ਹੰਸ ਮੋਤੀ ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ ਲੱਕ ਚੀਨ ਕਸ਼ਮੀਰ ਤਸਵੀਰ ਜੱਟੀ ਕਦ ਸ਼ਰੂ ਬਹਿਸ਼ਤ ਗੁਲਜ਼ਾਰ ਵਿੱਚੋਂ ਗਰਦਨ ਕੂਂਜ ਦੀ ਉਂਗਲਾਂ ਰਮਾ ਫਲੀਆਂ ਹੱਥ ਕੂਲੜੇ ਵਰਗ ਚਨਾਰ ਵਿੱਚੋਂ ਸ਼ਾ ਪਰੀ ਦੀ ਭੈਣ ਪੰਜ ਫੂਲ ਰਾਣੀ ਗੁਜੀ ਰਹੇ ਨਾ ਹੀਰ ਹਜ਼ਾਰ ਵਿੱਚੋਂ ਤਾਂ ਦੇਖੋ ਕਿੰਨੀਆਂ ਤੁਕਾਂ ਦੇ ਵਿੱਚ ਕੱਲੇ-ਕੱਲੇ ਅੰਗ ਦੀ ਜਿਹੜੇ ਜ਼ਿਕਰ ਆ ਉਹ ਕੀਤਾ ਹੈਗਾ ਵਾਰਿਸ ਸ਼ਾਹ ਨੇ ਆਪਣੀ ਕਿਸੇ ਦੇ ਵਿੱਚ ਤਾਂ ਇਹ ਕੀ ਹੈਗਾ ਜੀ ਇਹ ਹੈਗੀ ਹੈ ਵਿਸਤ੍ਰਤ ਸ਼ੈਲੀ ਇਸ ਤੋਂ ਬੱਦੇ ਅਗਲੀ ਇਹਨਾਂ ਨੇ ਵਰਣਨ ਵਿਧੀ ਕਿਹੜੀ ਬਣਾਈ ਹੈ ইরਾਨੀ ਅੰਗ ਪ੍ਰਤੀ ਅੰਗ ਵਿਧੀ ইরਾਨੀ ਅੰਗ ਪ੍ਰਤੀ ਅੰਗ ਵਿਧੀ ਕਿਹੜੀ ਹੁੰਦੀ ਹੈ ਜਿਦੇ ਵਿੱਚ ਨਾਇਕ ਤੇ ਨਾਇਕਾ ਦੇ ਕੱਲੇ ਕੱਲੇ ਅੰਗ ਦਾ ਜਿਹੜਾ ਹੈਗਾ ਉਹ ਜ਼ਿਕਰ ਕਰਨਾ ਵਿਸਤ੍ਰਤ ਸ਼ੈਲੀ ਦਾ ਹੀ ਇਹ ਭਾਗ ਹੈਗੀ ਹੈ ਜਿਹੜੇ ਉੱਪਰ ਮੈਂ ਤੁਹਾਨੂੰ ਸੁਣਾਈ ਹੈ ਇਹਦੇ ਵਿੱਚ ਹੁਣ ਉਹਦੇ ਹੱਥਾਂ ਦੀਆਂ ਉਂਗਲਾਂ ਦੀਆਂ ਹਨਾ ਉਹਨਾਂ ਦੇ ਲਿਪਸ ਦੀਆਂ ਅੱਖਾਂ ਦੀਆਂ ਸਾਰੀਆਂ ਕੱਲੇ ਕੱਲੇ ਅੰਗ ਦਾ ਜਿਹੜਾ ਵਾਰਿਸ਼ ਹੋਣੇ ਜ਼ਿਕਰ ਕੀਤਾ ਹੈਗਾ ਤਾਂ ਇਹ ਕਿਹੜੀ ਵਿਧੀ ਹੈ ਇਹ ਆਪਣੇ ਕੋਲ ਆਉਂਦੀ ਹੈਗੀ ਹੈ ਜੀ ਇਰਾਨੀ ਅੰਗ ਪ੍ਰਤੀ ਅੰਗ ਵਿਧੀ ਇਸ ਤੋਂ ਬਿਨਾ ਇਸੇ ਵਰਣਨ ਵਿਧੀ ਤੋਂ ਬਿਨਾ ਇਰਾਨੀ ਅੰਗ ਪ੍ਰਤੀ ਅੰਗ ਵਿਧੀ ਤੋਂ ਬਿਨਾ ਕਾਫੀ ਵਿਦਵਾਨਾਂ ਦਾ ਮੰਨਣਾ ਹੈ ਕਿ ਇਹਨਾਂ ਨੇ ਸਮਰੂਪ ਵਰਣਨ ਵਿਧੀ ਵੀ ਵਰਤੀ ਹੈਗੀ ਹੈ ਹਨਾ ਸਮਰੂਪ ਵਰਣਨ ਵਿਧੀ ਕਿਹੜੀ ਹੁੰਦੀ ਹੈ ਜਿਹਦੇ ਵਿੱਚ ਕਿਹੜੀ ਜੁਗਤ ਹੁੰਦੀ ਹੈ ਵੀ ਇੱਕੋ ਗੱਲ ਨੂੰ ਕਹਿਣ ਵਾਸਤੇ ਉਹਦੇ ਨਾਲ ਰਲਦੀਆਂ ਮਿਲਦੀਆਂ ਗੱਲਾਂ ਕਹੀ ਜਾਂਦੀਆਂ ਤਾਂ ਇਹ ਵਿਧੀ ਵੀ ਵਰਤੀ ਹੈਗੀ ਹੈ ਆਪਣੇ ਕੋਲ ਵਾਰੀ ਸ਼ਰਣੀ ਇਹ ਤੁਸੀਂ ਤਿੰਨੋਂ ਯਾਦ ਰੱਖਣੀਆਂ ਸ਼ੈਲੀ ਵਿਸਤ੍ਰਿਤ ਹੈ ਤੇ ਵਰਣਨ ਵਿਧੀ ਵਰਤੀ ਹੈ ਅੰਗ ਪ੍ਰਤੀ ਅੰਗ ਵਿਧੀ ਇਰਾਨੀ ਤੇ ਪਲੱਸ ਆਪਣੀ ਸਮਰੂਪ ਵਰਣਨ ਵਿਧੀ ਹੈ ਜਿਹੜੀ ਉਹ ਵਰਤੀ ਹੈਗੀ ਹੈ ਠੀਕ ਹੈ ਇਹਨਾਂ ਦਾ ਇਹ ਗੁਣ ਇਹਨਾਂ ਦਾ ਸਾਰੇ ਕਿਸੇ ਦੇ ਵਿੱਚ ਹੈਗਾ ਤੇ ਇਹ ਗੁਣ ਇਹਨਾਂ ਨੂੰ ਸਾਰੇ ਬਾਕੀ ਕਿਸਾਕਾਰਾਂ ਦੇ ਨਾਲੋਂ ਵੱਖਰੇ ਵੀ ਕਰਦਾ ਹੈਗਾ ਜੀ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਿਸੇ ਦੇ ਬੰਦ ਦੇ ਬਾਰੇ ਤੇ ਕਿਸੇ ਦੇ ਵਿੱਚ ਕਿੰਨੇ ਬੰਦ ਹੈ ਜੀ ਤਾਂ ਕਿਸੇ ਦੇ ਵਿੱਚ ਬੰਦ ਹੈਗੇ ਜੀ 611 ਇਹ ਜਿਹੜੇ ਇਹਨਾਂ ਦੇ ਬੰਦ ਨੇ 611 ਇਹ ਹੈਗੇ ਜੀ ਡਾਕਟਰ ਜੀਤ ਸਿੰਘ ਸ਼ੀਤਲ ਦੇ ਅਨੁਸਾਰ ਵੱਖ-ਵੱਖ ਵਿਦਵਾਨਾਂ ਨੇ ਬੰਦ ਵੀ ਵੱਖ-ਵੱਖਰੇ ਮੰਨੇ ਆ ਪਰ ਡਾਕਟਰ ਜੀਤ ਸਿੰਘ ਸ਼ੀਤਲ ਦੇ ਅਨੁਸਾਰ ਜਿਹੜੇ ਬੰਦ ਹੈਗੇ ਆ ਉਹ ਆਪਣੇ ਕੋਲ ਆਉਂਦੇ ਜੀ 611 ਠੀਕ ਹੈ ਇਸ ਤੋਂ ਬਿਨਾਂ ਇਹਦੇ ਵਿੱਚ 22 ਪਾਤਰਾਂ ਦਾ ਜ਼ਿਕਰ ਆਉਂਦਾ ਇਹ ਵੀ ਤੁਸੀਂ ਯਾਦ ਰੱਖਿਓ ਕਿ ਇਹਦੇ ਵਿੱਚ ਪਾਤਰ ਕਿੰਨੇ ਨੇ 22 ਪਾਤਰ ਹੈ ਜਿਨ੍ਹਾਂ ਦਾ ਵਿੱਚ ਜ਼ਿਕਰ ਆਉਂਦਾ ਹੈਗਾ ਅੱਗੇ ਆਪਾਂ ਗੱਲ ਕਰਦੇ ਆ ਜੀ ਭਾਸ਼ਾ ਦੀ ਤਾਂ ਪੰਜਾਬੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਕਿੱਸਾ ਹੈ ਮਾਜੀ ਮਲਤਾਨੀ ਜਾਂ ਕਹਿ ਲੋ ਜਿਹੜੀ ਲੈਂਦੀ ਹੈ ਉਸ ਬੋਲੀ ਦਾ ਪ੍ਰਭਾਵ ਹੈ ਫਾਰਸੀ ਦੇ ਸ਼ਬਦਾਂ ਦੀ ਜਿਹੜੀ ਵਰਤੋ ਆ ਉਹ ਵੀ ਇਸ ਕਿੱਸੇ ਦੇ ਵਿੱਚ ਹੋਈ ਹੈਗੀ ਹੈ ਕਿੱਸੇ ਦੀ ਬੋਲੀ ਮਤਲਬ ਬਹੁਤ ਜ਼ਿਆਦਾ ਇਹਨਾਂ ਦੀ ਵਧੀਆ ਜਿਹੜੀ ਲਿਖਣੀ ਹੈਗੀ ਹੈ ਕਈ ਵਿਦਵਾਨਾਂ ਦਾ ਇਹੀ ਮੰਨਣਾ ਹੈ ਕਿ ਇਹਨਾਂ ਨੇ ਕੋਈ ਸਟੋਰੀ ਨਵੀਂ ਨਹੀਂ ਚੱਕੀ ਹੈਗੀ ਪਰ ਲਿਖਣ ਦਾ ਢੰਗ ਹੈ ਬੋਲੀ ਇੰਨੀ ਵਧੀਆ ਵਰਤੀ ਹੈ ਜਿਹਦੇ ਕਰਕੇ ਕਿੱਸਾ ਇੰਨਾ ਮਕਬੂਲ ਹੋਇਆ ਹੈਗਾ ਤੇ ਤੁਸੀਂ ਯਾਦ ਰੱਖਣਾ ਕਿ ਇਹਦੇ ਵਿੱਚ ਮਾਜੀ ਮਲਤਾਨੀ ਲੈਂਦੀ ਦਾ ਪ੍ਰਭਾਵ ਹੈ ਦੀ ਫਾਰਸੀ ਦੇ ਸ਼ਬਦਾਂ ਦੇ ਜਿਹੜੀ ਵਰਤੋਂ ਉਹ ਕੀਤੀ ਗਈ ਹੈ ਅੱਗੇ ਆਪਾਂ ਗੱਲ ਕਰੀਏ ਜੀ ਕਿ ਕਿਸੇ ਦੇ ਵਿੱਚ ਕਿਹੜਾ ਛੰਦ ਵਰਤਿਆ ਗਿਆ ਤਾਂ ਕਿਸੇ ਦੇ ਵਿੱਚ ਵਾਰਿਸ਼ਾਣੇ ਵਰਤਿਆ ਹੈਗਾ ਜੀ ਬੈਂਤ ਛੰਦ ਇਹ ਮੰਨਿਆ ਜਾਂਦਾ ਹੈ ਕਿ ਵਾਰਿਸ਼ਾਣੇ ਆਪਣੇ ਕਿਸੇ ਦੇ ਵਿੱਚ ਇੰਨੇ ਵਧੀਆ ਤਰੀਕੇ ਦੇ ਨਾਲ ਬੈਂਤ ਛੰਦ ਵਰਤਿਆ ਕਿ ਇਸ ਤੋਂ ਬਾਅਦ ਕਿੱਸਾ ਲਿਖਣ ਦੇ ਲਈ ਮਕਬੂਲ ਹੀ ਇਹ ਹੋ ਗਿਆ ਵੀ ਬੈਂਤ ਛੰਦ ਲੈ ਲਓ ਮਤਲਬ ਕਿ ਫਿਕਸ ਹੀ ਹੋ ਗਿਆ ਵੀ ਕਿੱਸਾ ਲਿਖਣ ਦੇ ਲਈ ਬੈਂਤ ਛੰਦ ਵਰਤ ਲਓ ਇੰਨਾ ਜ਼ਿਆਦਾ ਮਕਬੂਲ ਹੋਇਆ ਪੈਂਤ ਸ਼ਾਮ ਦੇ ਵਿੱਚ ਲਿਖਿਆ ਹੋਇਆ ਵਾਰਿਸ਼ਾ ਦਾ ਕਿੱਸਾ ਅੱਗੇ ਆਪਾਂ ਗੱਲ ਕਰੀਏ ਜੀ ਇਹਦੀ ਕਿ ਬੋਲੀ ਕਿਸ ਤਰ੍ਹਾਂ ਦੀ ਹੈਗੀ ਹੈ ਵੀ ਮਤਲਬ ਕੀ ਇਹਨਾਂ ਦੇ ਸ਼ੈਲੀ ਦੇ ਗੁਣ ਹੈਗੇ ਹੈਗੇ ਉਹ ਹੈਗੇ ਮਹਾਵਰੇਦਾਰ ਨਾਟਕੀ ਤੇ ਸੰਵਾਦ ਭਰਪੂਰ ਬੋਲੀ ਹਣਾ ਮਹਾਵਰੇਦਾਰ ਕਹਿੰਦਾ ਮਤਲਬ ਕੀ ਹੈ ਕਿ ਜਿਹੜੇ ਇਸ ਕਿੱਸੇ ਦੀਆਂ ਤੁਕਾਂ ਜਿਹੜੀਆਂ ਕਿ ਵਾਰਿਸ਼ਾ ਨੇ ਲਿਖੀਆਂ ਨੇ ਉਹ ਇੰਨੀ ਆ ਜ਼ਿਆਦਾ ਮਕਬੂਲ ਹੋਈਆਂ ਕਿ ਉਹ ਲੋਕਾਂ ਦੀ ਜ਼ੁਬਾਨ ਤੇ ਮੁਹਾਵਰੇ ਬਣ ਕੇ ਪੇਸ਼ ਹੋ ਗਈਆਂ ਠੀਕ ਹੈ ਤਾਂ ਕਾਫੀ ਤੁਕਾਂ ਮੈਂ ਤੁਹਾਨੂੰ ਬੋਲ ਕੇ ਸੁਣਾਉਣੀ ਜੇ ਤੁਹਾਨੂੰ ਲੱਗੂ ਕਿ ਵਾਕਈ ਉਹ ਤੁਕਾਂ ਜਿਹੜੀਆਂ ਉਹ ਮੁਹਾਵਰੇ ਬਣ ਕੇ ਆ ਉਹਨਾਂ ਤੁਕਾਂ ਨੂੰ ਵਾਰਿਸ਼ ਦੇ ਸਿਰ ਜੇ ਅਖਾਣ ਵੀ ਆਖਿਆ ਜਾਂਦਾ ਇਹ ਵੀ ਯਾਦ ਰੱਖਿਓ ਕਿ ਵਾਰਿਸ਼ ਦੇ ਸਿਰ ਜੇ ਅਖਾਣ ਕਿਹੜੀਆਂ ਤੁਕਾਂ ਨੂੰ ਆਖਿਆ ਜਾਂਦਾ ਜਿਵੇਂ ਤੁਕਾਂ ਹੈਗੀਆਂ ਇਹ ਕਹਿੰਦੀ ਵਾਰਿਸ਼ ਸ਼ਾਣਾ ਆਦਤਾਂ ਜਾਂਦੀਆਂ ਜਿਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਇਹ ਆਪਾਂ ਆਮ ਹੀ ਵਰਤਦੇ ਆਂ ਜਦ ਇਹ ਜਿੰਕ ਸੇ ਬੰਦੇ ਦੀ ਹੈਬਿਟ ਬਹੁਤ ਜ਼ਿਆਦਾ ਪੱਕੀ ਹੋਵੇ ਨਾ ਕਿ ਉਹ ਹੈਬਿਟ ਟੁੱਟਦੀ ਨਾ ਹੋਵੇ ਕਿਸੇ ਤਰੀਕੇ ਦੇ ਨਾਲ ਤਾਂ ਆਪਾਂ ਕਹਿ ਦਿੰਨੇ ਆ ਕਿ ਵਾਰਿਸ਼ਾਣਾ ਤਾਂ ਜਾਂਦੀਆਂ ਜੀ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਤਾਂ ਇਹ ਕੀ ਆ ਵਾਰਿਸ਼ਾ ਦੇ ਸਿਰ ਜੇ ਅਖਾਨ ਨੇ ਕਿਹੜੀ ਬੋਲੀ ਆ ਇਹ ਮੁਹਾਵਰੇਦਾਰ ਆ ਇਹ ਤੁਕਾ ਮੁਹਾਵਰੇ ਬਣ ਚੁੱਕੀਆਂ ਹੈਗੀਆਂ ਜਿਵੇਂ ਇਸ ਤੋਂ ਬਣਾਉ ਕਹਿੰਦੇ ਆ ਵਾਰਿਸ਼ਾ ਸ਼ਾ ਸਿਪਾਈਏ ਜੱਗ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ ਇਹ ਵੀ ਬਹੁਤ ਪ੍ਰਸਿੱਧ ਹੈਗੀ ਆ ਹਨਾ ਇਕ ਫਿਰ ਵਾਰਿਸ ਸਾਹਿ ਇੱਕ ਜੱਟ ਫਕੀਰ ਹੋਇਆ ਨਹੀਂ ਹੁੰਦੀਆਂ ਗਦੇ ਤੋਂ ਪੀਰੀਆਂ ਜੀ ਇਹ ਵੀ ਮੁਹਾਵਰਾ ਬਣੀ ਹੋਈ ਬੋਲੀ ਹੈ ਇਸ ਤੋਂ ਬਿਨਾ ਜਿਹੜੇ ਲੈਨ ਓਡਾਰੀਆਂ ਨਾਲ ਬਾਜਾਂ ਉਹ ਬੋਲਬਲਾ ਥੱਕ ਮਰੀਂਦੀਆਂ ਜੀ ਇਹ ਵੀ ਇਹਨਾਂ ਦੀ ਬਣੀ ਹੋਈ ਹੈਗੀ ਹੈ ਜਿਹੜੀ ਮੁਹਾਵਰਾ ਬਣੀ ਹੋਈ ਟੁਕ ਹੈ ਇਸ ਤੋਂ ਬਿਨਾ ਜੱਟ ਚੋਰ ਤੇ ਚੁਗਲ ਦੀ ਜੀਭ ਵਾਂਗੂ ਗੁਜੇ ਰਹਿਨ ਨਾ ਦੀ ਦੜੇ ਜਾਰਦੀ ਜੀ ਤਾਂ ਇਹ ਕੁਸ਼ ਇਹਨਾਂ ਦੀਆਂ ਟੁਕਾਂ ਹੈਗੀਆਂ ਜਿਹੜੀ ਇਹਨਾਂ ਦੀ ਮੁਹਾਵਰੇਦਾਰ ਬੋਲੀ ਨੂੰ ਪੇਸ਼ ਕਰਦੀਆਂ ਤੇ ਇਹਨਾਂ ਨੂੰ ਵਾਰਿਸ ਦੇ ਸਿਰਜੇ ਹੋਏ ਅਖਾਣ ਹੈ ਜਿਹੜੇ ਉਹ ਆਖਿਆ ਜਾਂਦਾ ਹੈ ਜੀ ਅੱਗੇ ਜੀ ਕਿ ਵਾਰਿਸ ਦਾ ਕਿੱਸਾ ਕੀ ਪੇਸ਼ ਕਰਦਾ ਹੈ ਤਾਂ ਵਾਰਿਸ ਦਾ ਕਿੱਸਾ ਮੋਸਟ ਇੰਪੋਰਟੈਂਟ ਬਾਕੀ ਸਾਰੇ ਕਿੱਸਾਕਾਰਾਂ ਤੋਂ ਕੀ ਵੱਖਰੀ ਚੀਜ਼ ਹੈ ਕੀ ਪੇਸ਼ ਕਰਦਾ ਹੈ ਵਾਰਿਸ ਦਾ ਕਿੱਸਾ ਤਾਂ ਵਾਰਿਸ ਸਾਹਦਾ ਕਿੱਸਾ ਪੇਸ਼ ਕਰ ਪੇਸ਼ ਕਰਦਾ ਹੈ ਜੀ ਪੰਜਾਬੀ ਸੱਭਿਆਚਾਰ ਦਾ ਵਿਰਾਟ ਚਿੱਤਰ ਪੰਜਾਬੀ ਸੱਭਿਆਚਾਰ ਦਾ ਸਭ ਤੋਂ ਜਿਹੜਾ ਵਿਸ਼ਾਲ ਤੇ ਵਿਰਾਟ ਚਿੱਤਰ ਪੇਸ਼ ਕੀਤਾ ਹੈ ਉਹ ਵਾਰਿਸ ਸਾਹਦੇ ਕਿੱਸੇ ਨੇ ਪੇਸ਼ ਕੀਤਾ ਹੈ ਕਿਉਂਕਿ ਪੰਜਾਬੀ ਸੱਭਿਆਚਾਰ ਦਾ ਕੋਈ ਵੀ ਅਜਿਹਾ ਪੱਖ ਨਹੀਂ ਹੈਗਾ ਜਿਹੜਾ ਵਾਰਿਸ ਦੇ ਕਿਸਕੇ ਦੇ ਵਿੱਚ ਪੇਸ਼ ਨਾ ਹੋਇਆ ਹੋਵੇ ਪੰਜਾਬੀਆਂ ਦੇ ਕੰਮਕਾਜ ਪੰਜਾਬੀਆਂ ਦਾ ਰਹਿਣ ਸਹਿਣ ਉਹਨਾਂ ਦਾ ਪਹਿਰਾਵਾ ਉਹਨਾਂ ਦੇ ਰਸਮ ਰਿਵਾਜ ਉਹਨਾਂ ਦੇ ਵਿਆਹ ਸ਼ਾਦੀਆਂ ਉਹਨਾਂ ਦੀਆਂ ਕਦਰਾਂ ਕੀਮਤਾਂ ਉਹਨਾਂ ਦਾ ਆਦਰਸ਼ਵਾਦ ਸਾਰਾ ਕੁਝ ਇਸ ਕਿਸੇ ਦੇ ਵਿੱਚ ਪੇਸ਼ ਕੀਤਾ ਗਿਆ ਹੈਗਾ ਇਸ ਤੋਂ ਬਿਨਾ ਸਮਕਾਲੀ ਸਮਾਜ ਦਾ ਚਿੱਤਰ ਵੀ ਪੇਸ਼ ਕੀਤਾ ਹੈ ਪਖੰਡੀ ਜਿਹੜੇ ਸਾਧ ਨੇ ਉਹ ਕੀ ਕੁਛ ਆਪਣੇ ਵਿੱਚ ਚੱਲਦਾ ਉਹਨਾਂ ਦਾ ਵੀ ਪੇਸ਼ ਕੀਤਾ ਹੈ ਇਨਸਾਫ ਪ੍ਰਣਾਲੀਆਂ ਨੂੰ ਵੀ ਪੇਸ਼ ਕੀਤਾ ਹੈ ਪੰਜਾਬੀਆਂ ਦੇ ਖੁੱਲੇ ਸੁਭਾ ਨੂੰ ਵੀ ਪੇਸ਼ ਕੀਤਾ ਹੈ ਧਾਰਮਿਕ ਰਸਮਾਂ ਰਵਾਜਾਂ ਨੂੰ ਵੀ ਪੇਸ਼ ਕੀਤਾ ਹੈ ਪੀਰਾਂ ਫਕੀਰਾਂ ਦੀ ਗੱਲ ਵੀ ਕੀਤੀ ਹੈ ਮਤਲਬ ਕੋਈ ਵੀ ਇਹ ਜਾਂ ਵਿਸ਼ਾ ਨਹੀਂ ਹੈਗਾ ਜਿਹੜਾ ਪੰਜਾਬੀ ਸੱਭਿਆਚਾਰ ਦਾ ਵਾਰਿਸ ਤੇ ਕਿਸੇ ਦੇ ਵਿੱਚ ਪੇਸ਼ ਨਹੀਂ ਹੋਇਆ ਤਾਂ ਕਰਕੇ ਕਿਹਾ ਜਾਂਦਾ ਜੀ ਕਿ ਪੰਜਾਬੀ ਸੱਭਿਆਚਾਰ ਦਾ ਵਿਰਾਟ ਚਿੱਤਰ ਪੇਸ਼ ਕਰਦਾ ਹੈ ਵਾਰਿਸ ਸ਼ਾਹ ਦਾ ਕਿੱਸਾ ਹੁਣ ਤੁਹਾਨੂੰ ਪੇਪਰ ਦੇ ਵਿੱਚ ਇਹ ਕੁਐਸਚਨ ਆ ਜੇ ਕਿ ਸਭ ਤੋਂ ਵੱਧ ਸਮਕਾਲੀ ਸਮਾਜ ਦਾ ਚਿੱਤਰ ਕਿਸ ਕਿੱਸੇ ਵਿੱਚ ਮਿਲਦਾ ਹੈ ਤੋ ਮੈਲ ਦਾ ਜਿ ਵਾਰਿਸ਼ ਆਦੇ ਕਿਸੇ ਹੀਰ ਰਾਂਝੇ ਦੇ ਵਿੱਚ ਜਿਵੇਂ ਸੁਧਾਰਨ ਜੀ ਆਤੂ ਕਹੀ ਨੇ ਕਹਿੰਦੇ ਵਾਰਿਸ਼ ਸ਼ਾ ਮਧਾਣੀ ਹੈ ਹੀਰ ਜੱਟੀ ਇਸ਼ਕ ਦਹੀਂ ਦਾ ਕਿਉਂ ਨ ਤਾਰਦੀ ਹੈ ਹੁਣੇ ਮਧਾਣੀ ਹੈ ਨਾ ਹੀਰ ਜੱਟੀ ਦੁੱਧ ਰੜਕਣਾ ਨ ਤਾਰਨਾ ਇਹ ਕਿਹੜੇ ਸੱਭਿਆਚਾਰ ਦੀਆਂ ਗੱਲਾਂ ਨੇ ਤਾਂ ਪੰਜਾਬੀ ਸੱਭਿਆਚਾਰ ਦੀਆਂ ਗੱਲਾਂ ਹੈਗੀਆਂ ਤਾਂ ਕਿਸੇ ਇਹ ਪੇਸ਼ ਕੀਤੀਆਂ ਗਈਆਂ ਹੈਗੀਆਂ ਵਾਰਿਸ਼ ਸ਼ਾ ਦੇ ਕਿਸੇ ਦੇ ਵਿੱਚ ਠੀਕ ਹੈ ਜੀ ਇਹ ਇਹਨਾਂ ਦਾ ਕਿੱਸਾ ਸਭ ਤੋਂ ਜ਼ਿਆਦਾ ਮਕਬੂਲ ਇਸ ਗੱਲ ਕਰਕੇ ਵੀ ਹੋਇਆ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਿਸੇ ਦੇ ਬਾਰੇ ਮਹੱਤਵਪੂਰਨ ਤੱਤ ਕਿ ਕਿਸੇ ਦੇ ਵਿੱਚ ਕੀ ਕੁਝ ਪੇਸ਼ ਹੋਇਆ ਤਾਂ ਸਭ ਤੋਂ ਪਹਿਲਾਂ ਦੇਖੋ ਜੀ ਕਿਸੇ ਦੀ ਸ਼ੁਰੂਆਤ ਕਿੱਥੋਂ ਹੋਈ ਹੈ ਤਾਂ ਇਸ ਕਿਸੇ ਦੀ ਸ਼ੁਰੂਆਤ ਹੁੰਦੀ ਹੈ ਜੀ ਮੰਗਲਾਚਰਨ ਤੋਂ ਜਿਹੜਾ ਇਹਦਾ ਮੰਗਲਾਚਰਨ ਹੈਗਾ ਉਹ ਥੋੜਾ ਜਿਹਾ ਫਾਰਸੀ ਸ਼ਬਦਾਂ ਦੇ ਨਾਲ ਲੱਦਿਆ ਹੋਇਆ ਜਿਵੇਂ ਕਿਸੇ ਦੀ ਸ਼ੁਰੂਆਤ ਕੀਤੀ ਹੈ ਵਾਰਿਸ਼ਾਣੇ ਉਹ ਕਹਿੰਦੇ ਆ ਅਵਲ ਹਮਦ ਖੁਦਾ ਦਾ ਬਿਰਦ ਕੀਜੈ ਇਸ਼ਕ ਕੀਤਾ ਸੁਜਗ ਦਾ ਮੂਲ ਮੀਆਂ ਪਹਿਲਾ ਆਪ ਹੈ ਰੱਬ ਨੇ ਇਸ਼ਕ ਕੀਤਾ ਮਸ਼ੂਕ ਹੈ ਨਬੀ ਰਸੂਲ मियां ਤਾਂ ਉਹਨਾਂ ਨੇ ਇਸ਼ਕ ਦੀ ਗੱਲ ਕਰਨ ਤੋਂ ਪਹਿਲਾਂ ਉਹਨਾਂ ਨੇ ਪਰਮਾਤਮਾ ਦਾ ਨਾਮ ਲਿਆ ਉਹ ਕਹਿੰਦੇ ਆ ਵੀ ਖੁਦ ਵੀ ਜਿਹੜੇ ਹੈਗੇ ਹੈਗੇ ਨਬੀ ਰਸੂਲ ਉਹਨਾਂ ਦੀ ਮਸ਼ੂਕ ਹੈ ਤੇ ਜਿਹੜੇ ਪਰਮਾਤਮਾ ਹੈ ਉਹਨਾਂ ਨੇ ਵੀ ਇਸ਼ਕ ਕੀਤਾ ਹੈਗਾ ਇਥੋਂ ਮੈਂ ਮੰਗਲਾ ਚਰਨ ਦੀ ਰਵਾਇਤ ਨੂੰ ਅੱਗੇ ਲੈ ਕੇ ਗਏ ਨੇ ਉਹ ਮੰਗਲਾ ਚਰਨ ਦੀ ਰਵਾਇਤ ਦੇ ਨਾਲ ਹੀ ਜਿਹੜੀ ਕਿਸੇ ਦੀ ਸ਼ੁਰੂਆਤ ਉਹ ਕੀਤੀ ਹੈ ਇਹ ਚੀਜ਼ ਹੈਗੀ ਹੈ ਕਿ ਜਿਹੜੇ ਕਿਰਪਾਲ ਸਿੰਘ ਕਸੇਲ ਉਹ ਕਹਿੰਦੇ ਆ ਕਿ ਇਹਨਾਂ ਨੇ ਵਾਰਿਸ ਸ਼ਾਹ ਨੇ ਆਪਣੇ ਕਿੱਸੇ ਦੇ ਵਿੱਚ ਕੁਝ ਵੀ ਨਵਾਂ ਨਹੀਂ ਕੀਤਾ ਜਿਵੇਂ ਕਿੱਸਾ ਚੱਲਿਆ ਆ ਰਿਹਾ ਸੀ ਉਸੇ ਤਰੀਕੇ ਦੇ ਨਾਲ ਕਿਸੇ ਨੂੰ ਲਿਖਿਆ ਹੈਗਾ ਪਰ ਉਹਨਾਂ ਦੀ ਜਿਹੜੀ ਮਸ਼ਹੂਰੀ ਆ ਨਾ ਉਹ ਕਥਾ ਕਰਕੇ ਨਹੀਂ ਹੋਈ ਨਿਭਾ ਕਰਕੇ ਹੋਈ ਹੈ ਮਤਲਬ ਲਿਖਣ ਦੇ ਢੰਗ ਕਰਕੇ ਜਿਹੜੀ ਉਹਨਾਂ ਦੀ ਕਿੱਸੇ ਦੀ ਮਸ਼ਹੂਰੀ ਉਹ ਹੋਈ ਹੈ ਤੇ ਇਸ ਤਰ੍ਹਾਂ ਦੀ ਸ਼ੁਰੂਆਤ ਤੋਂ ਪਿੱਛੋਂ ਉਹਨਾਂ ਨੇ ਹੋਰ ਵੀ ਤੁਕਾਂ ਲਿਖੀਆਂ ਹੈਗੀਆਂ ਜਿਵੇਂ ਆਪਣੇ ਕਿੱਸੇ ਦਾ ਉਹ ਮੰਗਲਾਚਰਨ ਕਰਨ ਤੋਂ ਬਾਅਦ ਜਿਹੜਾ ਅਧਿਆਤਮਿਕ ਰੰਗਣ ਹੈ ਉਹ ਵੀ ਉਹਨਾਂ ਦੇ ਕਿਸੇ ਦੇ ਵਿੱਚ ਪੇਸ਼ ਹੋਇਆ ਹੈਗਾ ਉਹ ਜਿਵੇਂ ਕਹਿੰਦੇ ਐ ਕਹਿੰਦੇ ਜਦੋਂ ਇਸ਼ਕ ਦੇ ਕੰਮ ਨੂੰ ਹੱਥ ਲਾਈਏ ਪਹਿਲਾਂ ਰੱਬ ਦਾ ਨਾਮ ਧਿਆਈਏ ਜੀ ਤਾਂ ਐਵੇਂ ਤੋਂ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਐਵੇਂ ਦੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਕਿਸੇ ਦੇ ਵਿੱਚ ਕੀਤੀਆਂ ਮੰਗਲਾ ਚਰਨ ਤੋਂ ਕਿੱਸਾ ਜਿਹੜਾ ਹੈ ਉਹ ਸ਼ੁਰੂ ਕੀਤਾਗਾ ਇਸ ਤੋਂ ਬਣਾ ਫਿਰ ਇਹ ਕਿਸੇ ਦਾ ਵਿਸਥਾਰ ਚੱਲਦਾ ਹੈਗਾ ਇਹ ਕਿੱਸਾ ਹੀਰ ਰਾਂਝਾ ਪੰਜਾਬ ਦਾ ਪ੍ਰਸਿੱਧ ਕਿੱਸਾ ਇਹ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਇਹਦੀ ਸਟੋਰੀ ਦੱਸਣ ਤੇ ਕੋਈ ਬਹੁਤਾ ਟਾਈਮ ਲਾਉਣ ਦੀ ਜ਼ਰੂਰਤ ਨਹੀਂ ਹੈ ਪਰਵਾਰ ਰਿਛਾ ਦੇ ਅਨੁਸਾਰ ਉਹਨੇ ਕਿਸੇ ਦਾ ਵਿਸਥਾਰ ਜਿਵੇਂ ਕੀਤਾ ਉਹਦੇ ਕੁਝ ਇੰਪੋਰਟੈਂਟ ਪੱਖ ਹੈ ਜਿਹੜੇ ਉਹ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਖੀਰ ਦੀ ਸੁੰਦਰਤਾ ਦਾ ਬਹੁਤ ਜ਼ਿਆਦਾ ਵਰਣਨ ਕੀਤਾ ਗਿਆ ਹੈ ਉੱਪਰ ਆਪਾਂ ਗੱਲ ਕੀਤੀ ਹੈ ਕਿ ਅੰਗ ਪ੍ਰਤੀ ਅੰਗ ਵਿਧੀ ਹੈ ਜਿਹੜੀ ਉਹ ਵਰਤੀ ਹੈ 30 ਤੋਂ ਵੱਧ 17 ਜਿਹੜੀਆਂ ਹੈਗੀਆਂ ਉਹਦੇ ਕੱਲੇ-ਕੱਲੇ ਅੰਗ ਨੂੰ ਬਿਆਨ ਕਰਨ ਦੇ ਵਿੱਚ ਲਾਈਆਂ ਜੀ ਕਿੱਸਾ ਕਵੀ ਨੇ ਇਸ ਤੋਂ ਬਿਨਾ ਇਸ ਕਿੱਸੇ ਦੇ ਵਿੱਚ ਜਿਹੜੀ ਇਸਤਰੀ ਨਿੰਦਿਆ ਉਹ ਵੀ ਕੀਤੀ ਗਈ ਹੈ ਪੀਲੂ ਨਾਲੋਂ ਇਸਤਰੀ ਨਿੰਦਿਆ ਘੱਟ ਹੈ ਸਭ ਤੋਂ ਜ਼ਿਆਦਾ ਇਸਤਰੀ ਨਿੰਦਿਆ ਪੀਲੂ ਨੇ ਕੀਤੀ ਹੈ ਪਰ ਕੀਤੀ ਹੈ ਪਰ ਥੋੜੇ ਰੂਪ ਦੇ ਵਿੱਚ ਜਿਹੜਾ ਵਾਰਿਸਾ ਦੀ ਕਿਸੇ ਦਾ ਇਹ ਗੁਣ ਵੀ ਹੈਗਾ ਵੀ ਆਦਰਸ਼ਵਾਦ ਵੀ ਰੱਖਦੇ ਆ ਸਮਾਜ ਦੇ ਧਾਇਰੇ ਦੇ ਵਿੱਚ ਰਹਿ ਕੇ ਲਿਖਿਆ ਗਿਆ ਕਿੱਸਾ ਹੈ ਮੰਨਿਆ ਜਾਂਦਾ ਪਰ ਕਈ ਵਿਦਵਾਨ ਇਹ ਤੇ ਦੋਸ਼ ਲਾਉਂਦੇ ਆ ਅਸ਼ਲੀਲਤਾ ਦਾ ਕਿ ਇਸ ਕਿਸੇ ਦੇ ਵਿੱਚ ਅਸ਼ਲੀਲਤਾ ਦਾ ਜਿਹੜਾ ਦੋਸ਼ ਆ ਉਹ ਲੱਗਦਾ ਹੈਗਾ ਪਰ ਇਹ ਵੀ ਕਈ ਵਿਦਵਾਨਾਂ ਨੇ ਮਕਬੂਲ ਨਹੀਂ ਕੀਤਾ ਪਰ ਇੰਨਾ ਥੋੜੀ ਬਹੁਤੀ ਅਸ਼ਲੀਲਤਾ ਹੋਣ ਦੇ ਬਾਵਜੂਦ ਵੀ ਇਹਨਾਂ ਦਾ ਕਿੱਸਾ ਜਿਹੜਾ ਹੈ ਲੋਕਾਂ ਦੇ ਵਿੱਚ ਲੋਕ ਮਨਾਂ ਦੇ ਵਿੱਚ ਪੂਰੀ ਤਰ੍ਹਾਂ ਵਸ ਗਿਆ ਹੈਗਾ ਤਾਂ ਇਸਤਰੀ ਨਿੰਦਿਆ ਇਹਨਾਂ ਨੇ ਕਿਵੇਂ ਕੀਤੀ ਹੈ ਇਸਤਰੀ ਨਿੰਦਿਆ ਕਰਦੇ ਵਾਰਿਸਾ ਲਿਖਦੇ ਆ ਕਹਿੰਦੇ ਵਾਰਿਸ ਰਨ ਫਕੀਰ ਤਲਵਾਰ ਘੋੜਾ ਚਾਰੇ ਥੋਕੇ ਕਿਸੇ ਦੇ ਯਾਰ ਨਹੀਂ ਖੁੱਲ ਕੇ ਇਸਤਰੀ ਨਿੰਦਿਆ ਨਹੀਂ ਕੀਤੀ ਇਨਡਾਇਰੈਕਟ ਵੇ ਦੇ ਵਿੱਚ ਇਸਤਰੀ ਨਿੰਦਿਆ ਜਿਹੜੀ ਹੈ ਉਹ ਕੀਤੀ ਹੈਗੀ ਵਾਰਿਸ ਜਾਣੀ ਇਸ ਤੋਂ ਬਿਨਾ ਅਗਲਾ ਇਸ ਕਿਸਤੇ ਦੇ ਵਿੱਚ ਕੀ ਹੋਇਆ ਪਾਤਰਾਂ ਦਾ ਮਨੋਵਿਗਿਆਨਿਕ ਵਿਸ਼ਲੇਸ਼ਣ ਹੋਇਆ ਹੈਗਾ ਕਿਉਂਕਿ ਵਾਰਿਸ ਦੇ ਕਿਸੇ ਦੇ ਵਿੱਚ ਜਿਹੜੀ ਹੈਗੀ ਹੈ ਅੰਦਰੂਨੀ ਪਾਤਰੋਸਾਰੀ ਦੀ ਜਿਹੜੀ ਪਿਰਤ ਹੈ ਉਪਾਇ ਇਹ ਵਾਰਿਸ਼ਾ ਨੇ। ਦਮੋਦਰ ਨੇ ਵੀ ਕੀਤਾ ਸੀ ਪਰ ਵਾਰਿਸ਼ਾ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਪੇਸ਼ ਕੀਤਾ ਹੈ। ਪਾਤਰਾਂ ਦੇ ਮਨਾਂ ਦੇ ਵਿੱਚ ਜੋ ਚੀਜ਼ ਚੱਲਦੀ ਹੈ ਹਨਾ ਉਹ ਮਨੋਸਥਿਤੀ ਨੂੰ ਪ੍ਰਗਟ ਕੀਤਾ ਗਿਆ ਹੈਗਾ। ਜਿਵੇਂ ਜਦੋਂ ਰਾਂਝਾ ਜਿਹੜਾ ਹੈਗਾ ਉਹ ਜੋਗੀ ਬਣ ਕੇ ਜਾਂਦਾ ਹੈ ਹੀਰ ਦੇ ਸਹਰਿਆਂ ਦੇ ਬਿਲਡ ਤਾਂ ਹੀਰ ਦੀ ਮਨੋਸਥਿਤੀ ਪ੍ਰਗਟ ਕਰਾਈ ਹੈਗੀ ਆ ਵਾਰਿਸ਼ਾ ਨੇ। ਤਹੀਰ ਦੀ ਮਨੋਸਥਿਤੀ ਉਹ ਪ੍ਰਗਟ ਕਰਦੀ ਉਹ ਕੀ ਕਹਿੰਦੀ ਹੈ? ਕਹਿੰਦੀ ਹੀਰ ਆਖ ਦੀ ਜੋਗੀ ਆ ਝੂਠ ਬੋਲੇ ਕੌਣ ਰੁੱਠੜੇ ਯਾਰ ਮਨਾਉਂਦਾ ਹੀ। ਜੇ ਹਾ ਕੋਈ ਨਾ ਮਿਲਿਆ ਮੈਂ ਭਾਲ ਥਕੀ ਜਿਹੜਾ ਗਿਆਨ ਨੂੰ ਮੋੜ ਲਿਆ ਆਂਦਾਈ ਦਿਆਂ ਚੂਰੀਆਂ ਘਿਓ ਦੇ ਬਾਲ ਦੀਵੇ ਵਾਰਿਸ਼ ਸ਼ਾਹ ਜੇ ਮੈਂ ਸੁਣਾਉ ਆਂਵਦਾਈ ਤਾਂ ਇਹ ਕੀ ਹੈਗਾ ਹੀਰ ਦੀ ਮਨੋਸਥਿਤੀ ਨੂੰ ਪੇਸ਼ ਕੀਤਾ ਗਿਆ ਹੈਗਾ ਇਸ ਤੋਂ ਬਿਨਾ ਮਨੋਵਚਨੀਆਂ ਵੀ ਪੇਸ਼ ਕੀਤੀਆਂ ਗਈਆਂ ਕਿ ਆਪਦੇ ਮਨ ਦੇ ਵਿੱਚ ਕੀ ਕੁਝ ਸੋਚ ਰਹੀ ਆ ਉਹ ਉਹਦਾ ਵੀ ਜਿਹੜੇ ਵਿਚਾਰ ਉਹ ਪੇਸ਼ ਕੀਤੇ ਹੈ ਜਿਵੇਂ ਉਹ ਕਹਿੰਦੇ ਆ ਮੈਨੂੰ ਬਾਪ ਦੀ ਕਸਮ ਹੈ ਰਾਂਝਣਾ ਵੇ ਮਰੇ ਮਾਓ ਜੇ ਪਿਓ થી ਮੁੱਖ ਮੋੜਾ ਸੋਰੀ ਜੇ ਤੋਦ ਥੀ ਮੁਖ ਮੋੜਾ ਤੁਜ ਬਾਝ ਤੁਮਾਸ ਹਰਾਮ ਮੈਨੂੰ ਤੁਦ ਬਾਝ ਨੈਣ ਨਾ ਕਿਸੇ ਅੰਗ ਜੋੜਾ ਇਹ ਕੀ ਹੈ ਹੀਰ ਦੀਆਂ ਮਨੋਬਚਨੀਆਂ ਹੀਰ ਆਪਣੇ ਬਾਰੇ ਕਹਿੰਦੀ ਹੈ ਵੀ ਮੈਂ ਆਏ ਨਹੀਂ ਕਰ ਸਕਦੀ ਇਸ ਤੋਂ ਬਿਨਾ ਹੀਰ ਦੀ ਸਥਿਤੀ ਪੇਸ਼ ਕਰਦੀ ਹੈ ਹੋਰ ਜਵੇਂ ਇਹਨਾਂ ਦੀਆਂ ਤੁਕਾਂ ਹੈਗੀਆਂ ਉਹ ਕਹਿੰਦੀ ਹੈ ਉਹ ਕਹਿੰਦੀ ਵਾਰਿਸ਼ ਸ਼ਾਹ ਨਾ ਮੋੜਾ ਰੰਜੇ ਟੜੇ ਤੋਂ ਭਵੇਂ ਬਾਪ ਦੇ ਬਾਪ ਦਾ ਬਾਪ ਆਵੇ ਇਹ ਪੇਪਰ ਦੇ ਵਿੱਚ ਆਇਆ ਵੀ ਸੀ ਕੁਐਸਚਨ ਕਿ ਬਾਪ ਦੇ ਬਾਪ ਦਾ ਬਾਪ ਕਿਹਨੂੰ ਆਖਿਆ ਗਿਆ ਸਮਾਜ ਨੂੰ ਆਖਿਆ ਗਿਆ ਤਾ ਹੀਰ ਦੀ ਇਹ ਮਨੋਸਥਿਤੀ ਹੈ ਉਹ ਕਹਿੰਦੀ ਮੈਰਿਜੇਟਡੇ ਤੋਂ ਨਹੀਂ ਮੁੜ ਸਕਦੀ ਭਾਵੇਂ ਸਮਾਜ ਅੱਗੇ ਉਹਦੇ ਦੀਵਾਰ ਬਣ ਕੇ ਵੀ ਖੜ ਜਾਵੇ ਠੀਕ ਹੈ ਜੀ ਇਸ ਤੋਂ ਬਿਨਾ ਸਿੱਖਿਆ ਜਾਂ ਲੋਕ ਸਚਾਈ ਦਾ ਪ੍ਰਗਟਾਵਾ ਇਹ ਵੀ ਇਸ ਕਿਸੇ ਦਾ ਪ੍ਰਮੁੱਖ ਗੁਣ ਹੈਗਾ ਕੀ ਹੁੰਦਾ ਕਿ ਉੱਪਰ ਵਿਸਥਾਰ ਚੱਲਦਾ ਤੇ ਐਂਡ ਦੇ ਉੱਪਰ ਜਦੋਂ ਬੰਦ ਮਤਲਬ ਇਸ ਕਿਸੇ ਦੇ ਵਿੱਚ ਜਦੋਂ ਬੰਦ ਨੂੰ ਬੰਦ ਕੀਤਾ ਜਾਂਦਾ ਨਾ ਤਾਂ ਉੱਥੇ ਕੋਈ ਨਾ ਕੋਈ ਜਿਹੜੀ ਲੋਕ ਸਚਾਈ ਹੈ ਤੇ ਜਿਹੜੀ ਸਿੱਖਿਆ ਹੈਗੀ ਉਹ ਛੁਪੀ ਹੁੰਦੀ ਹੈ ਜਿਵੇਂ ਕਹਿੰਦਾ ਵਾਰਿਸ ਸ਼ਾਹ ਗੰਨਾ ਹੈ ਜੱਗ ਸਾਰਾ ਮਜਾ ਲੈ ਲੈ ਪੂਰੀਆਂ ਪੂਰੀਆਂ ਦਾ ਇਹ ਕੀ ਹੈ ਐਂਡ ਦੇ ਉੱਪਰ ਜਿਹੜੀ ਲੋਕ ਸਚਾਈ ਹੈ ਉਹ ਬਿਆਨ ਕੀਤੀ ਗਈ ਹੈਗੀ ਹੈ ਇਹ ਇਹਨਾਂ ਦੀ ਜਿਹੜੀ ਸਾਰੇ ਕਿੱਸੇ ਦੇ ਵਿੱਚ ਇਹ ਚੀਜ਼ ਹੈ ਜਿਹੜੀ ਇਹ ਇਹਨਾਂ ਨੂੰ ਬਾਕੀ ਕਿੱਸਾਕਾਰਾਂ ਤੋਂ ਜਿਹੜਾ ਵੱਖਰਾ ਹੈ ਉਹ ਕਰਦੀ ਹੈ ਜਿਵੇਂ ਇੱਕ ਹੋਰ ਲੋਕ ਸਚਾਈ ਹੈਗੀ ਹੈ ਕਹਿੰਦੇ ਵਾਰਿਸ ਸ਼ਾਹ ਸ਼ਾਗਿਰਦਾਂ ਚੇਲੜੇ ਨੂੰ ਕਈ ਭਲੀ ਜੀ ਮੱਤ ਸਿਖਾਈਏ ਜੀ ਤਾਂ ਉੱਪਰ ਸਾਰਾ ਵਿਸਤਾਰ ਚੱਲਦਾ ਐਂਡ ਵਾਲੀਆਂ ਜਿਹੜੀਆਂ ਦੋ ਤੁਕਾਂ ਨੇ ਉਹਦੇ ਵਿੱਚ ਕੀ ਦੱਸਿਆ ਗਿਆ ਸਿੱਖਿਆ ਜਾਂ ਫਿਰ ਲੋਕ ਸਚਾਈ ਇਸ ਤੋਂ ਬਿਨਾ ਇਸ ਕਿਸੇ ਦੇ ਵਿੱਚ ਭਾਗਪਰੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਉਹ ਆਪਾਂ ਉੱਪਰ ਗੱਲ ਕਰਿਆ ਸੀ ਕਿ ਕਾਫੀ ਵਿਦਵਾਨਾਂ ਦਾ ਮੰਨਣਾ ਜਿਹੜਾ ਹੈਗਾ ਇਹ ਹੈਗਾ ਕਿ ਜਿਹੜੀ ਭਾਗਪਰੀ ਆ ਉਹ ਵਾਰਸ਼ਾ ਦੀ ਪ੍ਰੇਮਿਕਾ ਸੀ ਤੇ ਇਹਨਾਂ ਦਾ ਪ੍ਰੇਮ ਸੀ ਦੇ ਨਾਂ ਚੜਨ ਕਰਕੇ ਰੋਸ ਉਹ ਜੋ ਕਿੱਸਾ ਲਿਖਿਆ ਤੇ ਪੜ੍ਹਾਸ ਕੱਢੀ ਹੈ ਤੇ ਕਾਫੀ ਵਿਦਵਾਨਾਂ ਦਾ ਇਹ ਮੰਨਣਾ ਹੈਗਾ ਕਿ ਇਹ ਜਿਹੜਾ ਭਾਗਪਰੀ ਸ਼ਬਦ ਹੈ ਇਹ ਉਹਨਾਂ ਨੇ ਭਾਗਾਂਪਰੀ ਇਸਤਰੀ ਦੇ ਵਾਸਤੇ ਵਰਤੇ ਹੈਗਾ ਔਰ ਆਪਣੇ ਕਿਸਤੇ ਦੇ ਵਿੱਚ 7 ਤੋਂ 8 ਲਾਈਨਾਂ ਦੇ ਵਿੱਚ ਠੀਕ ਹੈ ਸੌਰੀ 7 ਤੋਂ 8 ਵਾਰੀ ਭਾਗ ਭਰੀ ਸ਼ਬਦ ਜਿਹੜਾ ਜ਼ਿਕਰ ਹੋਇਆ ਜਿਵੇਂ ਤੁਕਾਂ ਹੈਗੀਆਂ ਵਾਰਿਸ਼ ਸ਼ਾਹ ਨੂੰ ਮਾਰਨਾ ਭਾਗ ਭਰੀਏ ਆਣੀ ਸੁਣਸ ਦੀਏ ਪਿਆਰੀਏ ਵਾਸਤਾਈ ਠੀਕ ਹੈ ਤਾਂ ਇੱਥੇ ਕੀ ਆ ਗਿਆ ਵਾਰਿਸ਼ ਸ਼ਾਹ ਨੂੰ ਮਾਰ ਭਾਰਿਸ਼ ਸ਼ਾਹ ਨੂੰ ਮਾਰਨਾ ਭਾਗ ਭਰੀਏ ਤਾਂ ਭਾਗ ਭਰੀਏ ਸ਼ਬਦ ਜਿਹੜੀ ਵਰਤੋ ਆ ਉਹ ਇਸ ਕਿਸਤੇ ਦੇ ਵਿੱਚ ਹੋਈ ਹੈਗੀ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਿਸੇ ਦੇ ਅੰਤ ਦੀ ਤਾਂ ਕਿਸੇ ਦਾ ਅੰਤ ਕੀ ਹੈਗਾ ਦੁਖਾਂਤਿਕ ਹੈ ਇਸ ਕਿਸੇ ਦਾ ਜਿਹੜਾ ਅੰਤ ਹੈ ਦੁਖਾਂਤਿਕ ਦੁਖਾਂਤਿਕ ਕਿਵੇਂ ਵਾਪਰਦਾ ਹੈਗਾ ਐਂਡ ਦੇ ਉੱਪਰ ਜਿਹੜੀ ਹੀਰ ਹੈ ਉਹਨੂੰ ਉਹਦੇ ਜਿਹੜੇ ਮਤਲਬ ਮਾਪੇ ਨੇ ਉਹਦੇ ਪਰੈਂਟਸ ਨੇ ਉਹਨੂੰ ਜ਼ਹਿਰ ਦੇ ਦਿੰਦੇ ਆ ਤੇ ਉਹਦੀ ਡੈਥ ਹੋ ਜਾਂਦੀ ਹੈ ਤੇ ਉਹਦੇ ਮੌਤ ਦੀ ਗੱਲ ਸੁਣ ਕੇ ਜਿਹੜਾ ਰਾਂਝਾ ਹੈਗਾ ਉਹ ਵੀ ਦਮ ਤੋੜ ਦਿੰਦਾ ਹੈਗਾ ਤੇ ਇਸ ਤਰੀਕੇ ਨਾਲ ਕਿਸੇ ਦਾ ਅੰਤ ਕੀ ਹੁੰਦਾ ਦੁਖਾਂਤਿਕ ਹੁੰਦਾ ਹੈ ਪਰ ਕਿਸੇ ਦਾ ਅੰਤਲਾ ਰੂਪ ਕੀ ਹੈ ਇਹ ਜ਼ਿਆਦਾ ਇੰਪੋਰਟੈਂਟ ਹੈ ਕਵਾਰਿਸ ਜਾਨੇ ਗੱਲ ਕੀਤੀ ਹੈ ਜੀ ਇਸ਼ਕ ਮਜਾਜ਼ੀ ਦੀ ਹੀਰ ਤੇ ਰਾਂਝੇ ਦੇ ਕਿਸੇ ਦੀ ਪਰ ਉਹ ਕਰਦੇ ਕਰਦੇ ਕਿਸੇ ਨੂੰ ਅੰਤ ਦੇ ਵਿੱਚ ਕਿਹੜਾ ਰੂਪ ਲੈ ਗਿਆ ਚਿੰਨਵਾਦੀ ਤੇ ਰੋਹਾਨੀ ਰੂਪ ਦੇ ਵਿੱਚ ਲੈ ਗਿਆ ਸਾਰਾ ਕਿਸਤਾ ਜਿਹੜਾ ਅੰਤ ਆ ਹੋ ਰੋਹਾਨੀ ਰੂਪ ਦੇ ਵਿੱਚ ਕੀਤਾ ਹੈਗਾ ਕਿਵੇਂ ਰੋਹਾਨੀ ਰੂਪ ਦੇ ਵਿੱਚ ਕੀਤਾ ਹੈ ਤਵਾਰਿਸ਼ਾ ਦੇ ਜਿਹੜੇ ਕਿਸੇ ਦੇ ਪਾਤਰ ਉਹ ਕਿਹੜੇ ਪ੍ਰਤੀਕ ਵਜੋਂ ਲਏ ਐ ਉਹ ਤੁਸੀਂ ਸੁਣੋ ਉਹਨਾਂ ਨੇ ਹੀਰ ਨੂੰ ਲਿਆ ਹੈਗਾ ਰੂ ਹੀਰ ਨੂੰ ਮੰਨਦੇ ਐ ਕਿ ਇਹ ਰੂਹ ਦੀ ਪ੍ਰਤੀਕ ਹੈ ਜਿਹੜੀ ਹੀਰ ਹੈਗੀ ਐ ਇਸ ਤੋਂ ਬਣਾ ਜਿਹੜਾ ਰਾਂਝਾ ਹੈਗਾ ਉਹ ਹੈਗਾ ਕਲਬੂਤ ਦਾ ਪ੍ਰਤੀਕ ਕਲਬੂਤ ਤਾਂ ਰਾਂਝਾ ਕਿਸ ਦਾ ਪ੍ਰਤੀਕ ਮੰਨਿਆ ਕਲਬੂਤ ਦਾ ਕਲਬੂਤ ਦਾ ਕੀ ਮਤਲਬ ਹੈ ਸਰੀਰ ਦਾ ਪ੍ਰਤੀਕ ਮੰਨਿਆ ਗਿਆ ਰਾਜੇ ਨੂੰ ਜਿਹੜੇ ਇਸ ਵਿੱਚ ਪੰਜ ਪੀਰ ਆਉਂਦੇ ਐ ਉਹਨਾਂ ਨੂੰ ਮੰਨਿਆ ਗਿਆ ਪੰਜ ਗਿਆਨ ਇੰਦਰੀਆਂ ਜਿਹੜਾ ਇਸ ਦੇ ਵਿੱਚ ਆਜੜੀ ਆਉਂਦਾ ਉਹਨੂੰ ਮੰਨਿਆ ਗਿਆ ਹੈਗਾ ਨਗਰੀ ਫਰਿਸ਼ਤਾ ਸੈਦੇ ਖੇੜੇ ਨੂੰ ਮੰਨਿਆ ਗਿਆ ਅਜ਼ਰਾਇਲ ਫਰਿਸ਼ਤਾ ਕਾਜ਼ੀ ਨੂੰ ਮੰਨਿਆ ਗਿਆ ਧਾਰਮਿਕ ਸਚਾਈ ਕੈਦੋ ਨੂੰ ਸ਼ੈਤਾਨ ਮੰਨਿਆ ਗਿਆ ਰਾਜੇ ਤੇ ਹੀਰ ਦਾ ਜਿਹੜਾ ਝਗੜਾ ਹੁੰਦਾ ਆਪਸ ਦੇ ਵਿੱਚ ਹਨਾ ਉਹਨੂੰ ਮੰਨਿਆ ਗਿਆ ਸਰੀਰ ਤੇ ਮੌਤ ਦਾ ਝਗੜਾ ਤੈੰਡ ਦੇ ਉੱਪਰ ਇਹ ਸਾਰੇ ਕਿਸੇ ਨੂੰ ਉਹਨਾਂ ਨੇ ਕਿਸ ਰੂਪ ਚ ਪੇਸ਼ ਕਰਤਾ ਰੋਹਾਨੀ ਰੂਪ ਦੇ ਵਿੱਚ ਚਿੰਨਵਾਦੀ ਰੂਪ ਦੇ ਵਿੱਚ ਤਾਂ ਲਾਸਟ ਦੇ ਉੱਪਰ ਜਿਹੜਾ ਇਸ਼ਕ ਮਜ਼ਾਜ਼ੀ ਉਹ ਇਸ਼ਕ ਮਜ਼ਾਜ਼ੀ ਨਾਰੈਕ ਕੀ ਉਹਨੂੰ ਇਸ਼ਕ ਹਕੀਕੀ ਵਾਲਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਕਿਸੇ ਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਇਸ ਕਿਸੇ ਦਾ ਅੰਤ ਆ ਉਹ ਬਹੁਤ ਇੰਪੋਰਟੈਂਟ ਹੈ ਇਹਦੇ ਵਿੱਚ ਪਹਿਲੇ ਦੋ ਤੁਸੀਂ ਯਾਦ ਰੱਖਣੇ ਆ ਕਿ ਹੀਰ ਨੂੰ ਰੂਹ ਦੀ ਪ੍ਰਤੀਕ ਮੰਨਿਆ ਗਿਆ ਤੇ ਜਿਹੜਾ ਰਾਂਝਾ ਹੈਗਾ ਉਹਨੂੰ ਕਲਬੂਤ ਯਾਨੀ ਕਿ ਜਿਹੜਾ ਹੈ ਸਰੀਰ ਦਾ ਪ੍ਰਤੀਕ ਹੈ ਉਹ ਮੰਨਿਆ ਗਿਆ ਹੈ ਇਸ ਤੋਂ ਨੈਕਸਟ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਇੰਪੋਰਟੈਂਟ ਟਿੱਪਣੀਆਂ ਜਿਹੜੀਆਂ ਪੇਪਰ ਦੇ ਹਵਾਲੇ ਦੇ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਤਾਂ ਇਸ ਦੇ ਵਿੱਚ ਪਹਿਲੀ ਟਿੱਪਣੀ ਆਪਣੇ ਕੋਲ ਆਉਂਦੀ ਹੈ ਜੀ ਡਾਕਟਰ ਜੀਤ ਸਿੰਘ ਸ਼ੀਤਲ ਦੀ ਤਾਂ ਡਾਕਟਰ ਜੀਤ ਸਿੰਘ ਸ਼ੀਤਲ ਕੀ ਮੰਨਦੇ ਆ ਉਹ ਕਹਿੰਦੇ ਕਿ ਵਾਰਿਸ ਦਾ ਕਿੱਸਾ ਜਿਹੜਾ ਹੈਗਾ ਉਹ ਅਲੜ ਉਮਰੇ ਲਿਖਿਆ ਗਿਆ ਪ੍ਰਤੀਕ ਹੁੰਦਾ ਹੈ ਵਿਪਰ ਜਵਾਨੀ ਦੀ ਅਵਸਥਾ ਦੇ ਵਿੱਚ ਲਿਖਿਆ ਗਿਆ ਕਿੱਸਾ ਪ੍ਰਤੀਕ ਹੁੰਦਾ ਹੈ ਇਹ ਮੰਨਦੇ ਆ ਡਾਕਟਰ ਜੀਤ ਸਿੰਘ ਸ਼ੀਤਲ ਡਾਕਟਰ ਮੋਹਨ ਸਿੰਘ ਦਿਵਾਨਾ ਉਹ ਕਹਿੰਦੇ ਆ ਵਾਰਿਸ ਦੀ ਤੁਲਨਾ ਕੀਤੀ ਉਹਨੇ ਬੁੱਲੇ ਸ਼ਾਹ ਤੇ ਸ਼ਾਹ ਹੁਸੈਨ ਦੇ ਨਾਲ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਕਿ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਕਿਹਨਾਂ ਦੇ ਨਾਲ ਤੁਲਨਾ ਕੀਤੀ ਹੈ ਤਾਂ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਵਾਰਿਸ ਦੀ ਤੁਲਨਾ ਕੀਤੀ ਹੈ ਬੁੱਲੇ ਸ਼ਾਹ ਤੇ ਸ਼ਾਹ ਹੁਸੈਨ ਦੇ ਨਾਲ ਬਨਾਰਸੀ ਦਾਸ ਜੈਨ ਤੀਸਰੀ ਟਿੱਪਣੀ ਬਨਾਰਸੀ ਦਾਸ ਜੈਨ ਨੇ ਵਾਰਿਸ ਦੀ ਤੁਲਨਾ ਕਾਲੀਦਾਸ ਨਾਲ ਕੀਤੀ ਹੈ ਇਹਨਾਂ ਨੂੰ ਇਧਰੋਂ ਦਾਸ-ਦਾਸ ਕਰਕੇ ਰਿਲੇਟ ਕਰ ਲਿਓ ਬਨਾਰਸੀ ਦਾਸ ਕਾਲੀਦਾਸ ਤਾਂ ਬਨਾਰਸੀ ਦਾਸ ਜੈਨ ਨੇ ਤੁਲਨਾ ਕਿਹਦੇ ਨਾਲ ਕੀਤੀ ਹੈ ਕਾਲੀਦਾਸ ਦੇ ਨਾਲ ਇਸ ਤੋਂ ਬਿਨਾ ਸ਼ਿਪਲੇ ਪੱਛਮੀ ਵਿਦਵਾਨ ਹੈ ਉਹਨਾਂ ਨੇ ਵਾਰਿਸ ਨੂੰ ਮੰਨਿਆ ਹੈਗਾ ਜੀ ਪੰਜਾਬੀ ਦਾ ਸਭ ਤੋਂ ਵੱਡਾ ਕਵੀ ਉਹਨਾਂ ਦੀ ਇੱਕ ਬੁੱਕ ਹੈਗੀ ਹੈ ਐਨਸਾਈਕਲੋਪੀਡੀਆ ਆਫ ਲਿਟਰੇਚਰ ਉਹਦੇ ਵਿੱਚ ਸ਼ਿਪਲੇ ਨੇ ਵਾਰਿਸ ਨੂੰ ਸਭ ਤੋਂ ਵੱਡਾ ਕਵੀ ਹੈ ਜਿਹੜਾ ਉਹ ਮੰਨਿਆ ਹੈਗਾ ਇਸ ਤੋਂ ਬਾਅਦ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦੀ ਉਹ ਕਹਿੰਦੇ ਵੀ ਵਾਰਿਸ ਦੀ ਜਿਹੜੀ ਮਸ਼ਹੂਰੀ ਹੈ ਉਹ ਕਥਾ ਕਰਕੇ ਨਹੀਂ ਇਹਦੇ ਨਿਭਾ ਕਰਕੇ ਹੋਈ ਹੈ وارش سوری ਇਹਨਾਂ ਦਾ ਕਿਰਪਾਲ ਸਿੰਘ ਕਸੀਲ ਦਾ ਮੰਨਣਾ ਹੈ ਕਿਰਪਾਲ ਸਿੰਘ ਕਸੀਲ ਦਾ ਵੀ ਮੰਨਣਾ ਹੈ ویسے ਵੀ ਤੁਸੀਂ ਦੇਖੋ سٹوری ਤਾਂ ਹੀ ਰਾਂਝੇ ਦੀ ਉਹੀ ਹੈ ਤੇ ਪਰ ਉਹਨੂੰ ਮਸ਼ਹੂਰੀ ਕਿਦੇ ਕਰਕੇ ਹੋਈ ਆ ਉਹਦੇ ਲਿਖਣ ਦੇ ਢੰਗ ਕਰਕੇ ਲਿਖਣ ਦਾ ਢੰਗ ਕੀ ਹੈਗਾ ਨਿਭਾ ਜਿਹੜਾ ਅੰਤ ਦੇ ਵਿੱਚ ਕਿਸੇ ਲੋਕ ਸਚਾਈਆਂ ਨੂੰ ਪ੍ਰਗਟ ਕਰਨਾ ਮੁਹਾਵਰੇਦਾਰ ਸ਼ੈਲੀ ਦਾ ਵਰਤਣਾ ਅਦਰਸ਼ਵਾਦੀ ਕਿੱਸਾ ਲਿਖਣਾ ਅੰਗ ਪ੍ਰਤੀ ਅੰਗ ਵਿਧੀ ਵਰਤਨੀ ਹਨਾ ਨਾਟਕੀ ਤੇ ਸੰਵਾਦ ਜਿਹੜੀ ਭਰਪੂਰ ਸ਼ੈਲੀ ਉਹਦੀ ਵਰਤੋਂ ਕਰਨੀ ਇਹ ਸਾਰੀ ਚੀਜ਼ ਕੀ ਹੈ ਨਿਭਾ ਤੋ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦਾ ਕੀ ਮੰਨਣਾ ਹੈ ਕਿ ਵਾਰਿਸ ਦੀ ਜਿਹੜੀ ਮਸ਼ਹੂਰੀ ਹੈ ਉਹ ਕਥਾ ਕਰਕੇ ਨਹੀਂ ਹੋਈ ਇਸ ਦੇ ਨਿਭਾ ਕਰਕੇ ਹੋਈ ਹੈ ਜੀ ਇਸ ਤੋਂ ਬਾਅਦ ਇਸ ਕਿਸੇ ਦੇ ਬਾਰੇ ਕੁਝ ਪ੍ਰਸਿੱਧ ਜਿਹੜੀਆਂ ਹੈਗੀਆਂ ਗੱਲਾਂ ਇੱਕ ਇਹ ਹੈ ਕਿ ਇਸ ਕਿਸੇ ਦੇ ਵਿੱਚ ਵਾਰਿਸ ਨੇ ਹੀਰ ਦੀਆਂ ਸਹਿਲੀਆਂ ਮੰਨੀਆਂ 60 ਦਮੋਦਰ ਨੇ ਹੀਰ ਦੀਆਂ ਸਹਿਲੀਆਂ ਮੰਨੀਆਂ ਸੀ 360 ਤੇ ਵਾਰਿਸ ਨੇ ਸਹਿਲੀਆਂ ਮੰਨੀਆਂ ਹੈਗੀਆਂ 60 ਇਹ ਵੀ ਤੁਸੀਂ ਇਸ ਇਸ ਕਿਸੇ ਦੇ ਨਾਲ ਸੰਬੰਧ ਤੁਸੀਂ ਇਸ ਗੱਲ ਨੂੰ ਯਾਦ ਰੱਖਣਾ ਇਸ ਤੋਂ ਬਿਨਾ ਇੱਕ ਹੋਰ ਇਹਦੇ ਵਿੱਚ ਇੰਪੋਰਟੈਂਟ ਗੱਲ ਹੈਗੀ ਹੈ ਕਿ ਵਾਰਿਸ ਸ਼ਾਹ ਦੇ ਕਿੱਸੇ ਦੀ ਸਭ ਤੋਂ ਜਿਹੜੀ ਪ੍ਰਮਾਣਿਕ ਕਾਪੀ ਹੈ ਉਹ ਕਿਰਪਾ ਰਾਮ ਸਾਗਰ ਨੇ ਦਿੱਤੀ ਹੈ ਤਾਂ ਵਾਰਿਸ ਦੇ ਕਿੱਸੇ ਦੇ ਵਿੱਚ ਜਿਹੜੀ ਸਭ ਤੋਂ ਪ੍ਰਮਾਣਿਕ ਕਾਪੀ ਹੈਗੀ ਹੈ ਉਹ ਦਿੱਤੀ ਹੈ ਜੀ ਕਿਰਪਾ ਰਾਮ ਨੇ ਕਿਹ ਕਿੰਨੀ ਈਸਵੀ ਦੇ ਵਿੱਚ 1916 ਦੇ ਵਿੱਚ ਛਾਪੀ ਹੈ ਜੀ ਸਭ ਤੋਂ ਜਿਹੜੀ ਪ੍ਰਮਾਣਿਕ ਕਾਪੀ ਸੀਗੀ ਵਾਰਿਸ ਸ਼ਾਹ ਦੀ ਇਸ ਤੋਂ ਬਿਨਾ 2006 ਦੇ ਵਿੱਚ ਵਾਰਿਸ ਦੇ ਉੱਪਰ ਫਿਲਮ ਮਿਲੀ ਸੀ ਵਾਰਿਸ ਸ਼ਾਹ ਇਸ਼ਕ ਦਾ ਵਾਰਿਸ ਉਹਦੇ ਵਿੱਚ ਗੁਰਦਾਸ ਮਾਨ ਨੇ ਭੂਮਿਕਾ ਜਿਹੜੀ ਹੈਗੀ ਹੈ ਨਵਾਈ ਹੈ ਇਸ ਤੋਂ ਬਾਅਦ ਇੱਕ ਇੰਪੋਰਟੈਂਟ ਕੁਐਸਚਨ ਕਿ ਵਾਰਿਸ ਨੂੰ ਵਰਡਸ ਵਰਥ ਦੇ ਨਾਲ ਅੰਗਰੇਜ਼ੀ ਕਵੀ ਦੇ ਨਾਲ ਉਪਮਾਇਆ ਜਾਂਦਾ ਹੈਗਾ ਉੱਪਰ ਵੀ ਕੁਝ ਵਿਦਵਾਨਾਂ ਨੇ ਦੀ ਤੁਲਨਾ ਕੀਤੀ ਹੈ ਜਿਵੇਂ ਕਾਲੀਦਾਸ ਦੇ ਨਾਲ ਕੀਤੀ ਗਈ ਹੈ ਬੁੱਲੇ ਸ਼ਾਹ ਨਾਲ ਸ਼ਾਹ ਹੁਸੈਨ ਦੇ ਨਾਲ ਪਰੰਤੂ ਜਿਹੜੇ ਵਰਡਸ ਵਰਥ ਨੇ ਪੱਛਮੀ ਵਿਦਵਾਨ ਉਹਨਾਂ ਦੇ ਨਾਲ ਵੀ ਜਿਹੜੀ ਉਹਨਾਂ ਦੀ ਤੁਲਨਾ ਹੈਗੀ ਉਹ ਕੀਤੀ ਗਈ ਹੈ ਇਸ ਤੋਂ ਬਿਨਾ ਇਹਨਾਂ ਦੀਆਂ ਕੁਝ ਜਿਹੜੀਆਂ ਪ੍ਰਸਿੱਧ ਤੁਕਾਂ ਹੈਗੀਆਂ ਉਹਨਾਂ ਨੂੰ ਤੁਸੀਂ ਨੋਟ ਕਰ ਲਓ ਜਿਵੇਂ ਉਹ ਕਹਿੰਦੇ ਹੈਗੇ ਕਹਿੰਦੇ ਤਾਬ ਇਸ਼ਕ ਦੀ ਝਲਣੀ ਬੜੀ ਮੁਸ਼ਕਲ ਇਸ਼ਕ ਗੁਰੂ ਤੇ जग ਸਭ ਚੇ ਲੜਾਈ ਵਾਰਿਸ ਸ਼ਾਹ ਇੱਕ ਇਸ਼ਕ ਦੇ ਵਣਜ ਵਿੱਚੋਂ ਕਿਸੇ ਪੱਲੇ ਨਾ ਦੰਬੜ ਕਿਸੇ ਪੱਲੇ ਨਾ ਬੱਧੀਆ ਦੰਬੜੀ ਜੀ ਹੀਰ ਦੀ ਮਨੋਬਚਨੀ ਪੇਸ਼ ਕਰਦੇ ਹੋ ਕਹਿੰਦੇ ਆ ਕਹਿੰਦੇ ਮੇਰੇ ਵਾਸਤੇ ਦੁਖੜੇ ਫਿਰੇ ਜਰਦਾ ਲੋਹਾ ਤਾਂ ਇਹ ਜੀਵਨਾ ਜਟਿਆ ਸੂਨ ਨਾਲੇ ਰੰਗ ਗਈ ਨਾਲੇ ਕੰਨ ਪੱਟੇ ਨਫਾ ਇਸ਼ਕ ਸੀ ਦੱਸ ਕੀ ਖਟਿਆ ਸੂ ਤਾਂ ਐਵੇਂ ਦੀਆਂ ਜਿਹੜੀਆਂ ਇਹਨਾਂ ਦੀਆਂ ਪ੍ਰਸਿੱਧ ਤੁਕਾਂ ਹੈਗੀਆਂ ਤਾਂ ਇਹ ਸੀਗਾ ਜੀ ਵਾਰਿਸ ਦਾ ਪ੍ਰਸਿੱਧ ਕਿੱਸਾ ਹੀਰ ਵਾਰਿਸ ਸ਼ਾਹ ਇਹ ਮੰਨਿਆ ਜਾਂਦਾ ਹੈ ਕਿ ਵਾਰਿਸ ਸ਼ਾਹ ਨੇ ਇੰਨਾ ਵਧੀਆ ਕਿੱਸਾ ਲਿਖਿਆ ਹੈ ਕਿ ਕਿੱਸਾ ਹੀਰ ਰਾਂਝਾ ਨਾ ਹੋ ਕੇ ਵਾਰਿਸ ਦਾ ਹੀਰ ਰਾਂਝਾ ਕਿੱਸਾ ਪ੍ਰਸਿੱਧ ਹੋ ਗਿਆ ਹੈ ਜੀ ਠੀਕ ਹੈ ਇੰਨਾ ਜ਼ਿਆਦਾ ਇੰਪੋਰਟੈਂਟ ਤੇ ਇੰਨਾ ਜ਼ਿਆਦਾ ਪ੍ਰਸਿੱਧ ਜਿਹੜਾ ਇਹ ਸ਼ਾਹਕਾਰ ਰਚਨਾ ਹੈਗੀ ਹੈ ਵਾਰਿਸ ਸ਼ਾਹੀ ਤਾਂ ਪੇਪਰ ਦੇ ਪੁਆਇੰਟ ਆਫ View ਦੇ ਨਾਲ ਜਿੰਨਾ ਇੰਪੋਰਟੈਂਟ ਕੁਐਸਚਨ ਬਣਦੇ ਸੀ ਸਾਰੇ-ਸਾਰੇ ਆਪਾਂ ਕਵਰ ਕਰ ਚੁੱਕੇ ਆ ਤੇ ਇੱਥੇ ਹੀ ਆਪਣਾ ਅੱਜ ਦਾ ਲੈਕਚਰ ਆਪਾਂ ਖਤਮ ਕਰਦੇ ਆ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਨੂੰ ਲਾਈਕ ਜ਼ਰੂਰ ਕਰਿਓ ਤੇ ਆਪਦੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹਨਾਂ ਤੱਕ ਵੀ ਜਿਹੜੀ ਇਹ ਜਾਣਕਾਰੀ ਹੈ ਉਹ ਪਹੁੰਚ ਜਾਵੇ ਥੈਂਕ ਯੂ ਜੀ ਤੇ ਨੈਕਸਟ ਵੀਡੀਓ ਦੀ ਇਨਫੋਰਮੇਸ਼ਨ ਦੇ ਲਈ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ